ਇਹ ਗੱਲਾਂ ਬੜੀਆਂ ਆਮ ਨੇ ਜੀ ਬਾਹਰ ਲੈ ਕੇ ਕੁੜੀਆਂ ਮੋਕਰ ਕੀ ਕਰਕੇ ਹਨ ਪਰ ਕਿਸੇ ਨੇ ਇਹ ਤਾਂ ਦੱਸਿਆ ਨਹੀਂ ਕਿੰਨੀਆਂ ਕੁੜੀਆਂ ਨੇ ਸਾਥ ਵੀ ਦਿੱਤਾ ਯਾਰ ਜੇ ਤੁਸੀਂ ਮਾੜੇ ਘਰ ਦੇ ਪੁੱਤੋਂ ਨਾ ਤੁਸੀਂ ਬਾਹਰ ਆਓ ਤੁਸੀਂ ਮਾੜੇ ਜਿਮੀਦਾਰਾ ਤੁਸੀਂ ਬਾਹਰ ਆਓ ਤਰੱਕੀ ਕਰੋ ਮੇਰੇ ਕੋਲ ਕਿੰਨੇ ਆਏ ਕਹਿੰਦੇ ਯਾਰ ਵੀ ਉਥੇ ਕੁੜੀਆਂ ਧੰਦਾ ਕਰਦੀਆਂ ਨੇ 10 'ਚੋਂ ਜੇ ਇੱਕ ਬੰਦਾ ਮਾੜਾ ਨਿਕਲ ਗਿਆ ਨਾ ਤਾਂ 9 ਮਿਹਨਤੀ ਨੇ ਮੈਂ ਉਹਨਾਂ ਕੁੜੀਆਂ ਨੂੰ ਜਾਣਦਾ ਜਿਹੜੀ ਪੰਜਾਬ ਤੋਂ ਆਪ ਸਟੱਡੀ ਵੀਜ਼ੇ ਤੇ ਗਈਆਂ ਅੱਜ ਦੇ ਟਾਈਮ 'ਚ ਕੋਈ 에ਅਰ ਕੈਨੇਡਾ 'ਚ ਜੌਬ ਕਰ ਰਹੀ ਹੈ ਜੀ ਕੋਈ ਆਈਟੀ ਕੰਪਨੀ 'ਚ ਕੋਈ ਕਿਸੇ ਕੰਪਨੀ ਦੇ ਵਿੱਚ ਕੁੜੀਆਂ ਚਲੋ ਇੱਕ ਦੋ ਮਾੜੀ ਨਿਕਲ ਗਈਆਂ ਭਰਾਵਾ ਹਨਾ ਉਹ ਕਿੱਥੇ ਜਾਂਦਾ ਤੁਸੀਂ ਉਹ ਕਿਤੇ ਵੀ ਜਾਂਦਾ ਉਹ ਸਾਰੇ ਪਾਸੇ ਇੰਡੀਆ ਕਿਹੜਾ ਨਹੀਂ ਹੈਗੇ ਜੀ ਪਰ ਜਿਹੜੀ ਸੱਤ ਕੁੜੀਆਂ ਨੇ ਉਹਨਾਂ ਨੇ ਕਿੰਨਾ ਚੱਕਣ ਚੱਕਿਆ ਜੀ ਕਿੰਨੀ ਮਿਹਨਤ ਕੀਤੀ ਉਹਨਾਂ ਨੇ ਕਰਕੇ ਜੀ ਜੋ ਬਸਸਾਰ ਪੜ੍ਹਨੀ ਪੈ ਗਿਆ ਸਿਰ ਉਟਕੇ ਮੈਡੀਕਲ ਹੋ ਗਈ ਜੀ ਕੰਮ ਤੇ ਜਾਣਾ ਪੈ ਗਿਆ ਮੈਡੀਕਲ ਹੋ ਗਈ ਜਿਹੜਾ ਮੁੰਡਾ ਅਜਰੇ ਸਮੇਂ ਦੇ ਵਿੱਚ ਕੈਨੇਡਾ ਜਾ ਕੇ 18ਵੇਂ ਸਾਲ ਤੋਂ ਲੈ ਕੇ 24ਵੇਂ ਸਾਲ ਤੱਕ ਖਿੱਚ ਕੇ ਮਿਹਨਤ ਕਰਦੇਵੇਂ ਨਾ ਜੀ 7ਵੇਂ ਸਾਲ ਦੇ ਵਿੱਚ ਉਹ ਜਿੰਦਗੀ ਨਿਆਰੇ ਨਾਲ ਕੱਢਦਾ ਜੀ ਤੇ ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਮੈਂ ਅੱਖੀ ਦੇਖੀ ਗੱਲ ਕਰ ਰਿਹਾ ਇੱਕ ਕੁੜੀ ਤਾਂ ਮੈਂ ਇਹ ਵੀ ਜਾਣਦਾ ਵਾਂ ਜਿਹੜੀ 100 ਪਲੱਸ ਡਾਲਰ ਇੱਕ ਘੰਟੇ ਦੇ ਕਮਾ ਰਹੀ ਆ ਉਹ ਆਈਟੀ ਐਕਸਪਰਟ ਆ ਨਾ ਉਹਨੇ ਸੋਸ਼ਲ ਮੀਡੀਆ ਤੇ ਕਦੀ ਫੋਟੋ ਪਾਈ ਆ ਆਪਣੀ ਉਹਨੇ ਤਾਂ ਕਦੀ ਨਹੀਂ ਬੋਲਿਆ ਕਿ ਜਿਹੜੇ ਹਾਏ ਹਾਡੇ ਸਾਲ ਪਹਿਲਾਂ ਹੀ ਵਾਪਸ ਆਏ ਨੇ ਉੱਥੇ ਉਹ ਕਹਿੰਦੇ ਜੀ ਮਰ ਗਏ ਜੀ ਲਟਕ ਗਏ ਜੀ 15 ਡਾਲਰ ਤੇ ਕੰਮ ਕਰਨਾ ਪੈ ਰਿਹਾ ਬਈ ਸਟਾਰਟ ਤਾਂ ਨੀਵੇਂ ਤੋਂ ਹੀ ਹੁੰਦਾ ਸਾਰਿਆਂ ਦਾ ਥੱਲੇ ਹੁੰਦਾ ਹੈ ਬੰਦੇ ਨੂੰ ਡਰਾਇਆ ਜਾਂਦਾ ਵੀ ਕਿਸ਼ਤਾਂ ਸ਼ੁਰੂ ਹੋ ਜਾਂਦੀਆਂ ਹਨ ਹਾਂ ਵੀ ਕਿਸ਼ਤਾਂ ਜਿ ਰਹਿ ਜਾਂਦਾ ਬੰਦਾ ਵੀ ਇੱਕ ਪੀੜੀ ਦਾ ਕਿਸ਼ਤਾਂ ਹੀ ਲਾਉਂਦੀ ਰਹਿੰਦੀ ਹੈ ਹੁਣ ਤੁਸੀਂ ਇੱਕ ਗੱਲ ਦੱਸੋ ਫਾਰ ਐਗਜ਼ਾਮਪਲ ਮੈਂ ਕੋਈ ਫਲੈਟ ਲਿਆ 1 ਕਰੋੜ ਦਾ ਉਹਦੀ ਮੈਂ ਕਿਸ਼ਤਾਂ ਲਾ ਰਿਹਾ ਹੂੰ ਤਿੰਨ ਸਾਲਾਂ ਬਾਅਦ ਚਾਰ ਸਾਲਾਂ ਬਾਅਦ ਉਹ ਡੇਢ ਕਰੋੜ ਦਾ ਤਾਂ ਹੋਊਗਾ ਨਾ ਸੇਮ ਹੀ ਕੈਨੇਡਾ ਦੇ ਵਿੱਚ ਆ ਯਾਰ ਕਦੀ ਜੇ ਕੈਸ਼ਨ ਹੋਵੇ ਮਹਮ ਹੋਵੇ ਨਾ ਵੀ ਅਸੀਂ ਕੈਨੇਡਾ ਬਹੁਤ ਤੰਗ ਆ ਦੁਬਈ ਜਾ ਕੇ ਦੇਖਿਓ ਜਿਹੜਾ ਉੱਥੇ ਨਾ 4-5 ਏਰੀਆ ਨੇ ਇੱਥੇ ਵਰਕਰ ਰਹਿੰਦੇ ਨੇ ਇੱਕ ਛੋਟੇ ਕਮਰੇ ਦੇ ਵਿੱਚ 12-12 ਜਾਣੇ ਮੇਹਤਾਂ ਕਰਦੇ ਨੇ ਜੀ ਜੀ ਕਦੀ ਉਹਨਾਂ ਦੇ ਮੱਥੇ ਦੇ ਮੈਂ ਦੇਖਿਆ ਨਹੀਂ ਵੀ ਦੁੱਖ ਹੋਵੇ ਉਹ ਕਹਿੰਦੇ ਬਈ ਠੀਕ ਹੈ ਕੰਮ ਕਰਨਾ ਹੈ ਕੰਮ ਕਰ ਰਹੇ ਆ ਹੂੰ ਵੀ ਦੇਖੋ ਜੀ ਕੰਮ ਦੋ ਬੰਦਿਆਂ ਨੂੰ ਮਿਲਣਾ ਹੈ ਬੰਦਾ 2000 ਖੜਾ 200 ਖੜਾ 500 ਖੜਾ ਉਹਦੀ ਅਸਲ ਸੱਚਾਈ ਕੀ ਹੈ ਹੁਣ ਇੰਡੀਆ ਦੇ ਵਿੱਚ ਵੀ ਆਪਾਂ ਜਦੋਂ ਅਪਲਾਈ ਕਰਦੇ ਆਂ ਚਾਰ ਥਾਂ ਤੋਂ ਰਿਜੈਕਟ ਹੁੰਦਾ ਛੇਵੀਂ ਥਾਂ ਤੇ ਕੰਮ ਆ ਜਾਂਦਾ ਜਾ ਕੇ ਜੀ ਜੀ ਇਹ ਸੋਚ ਹੁੰਦੀ ਹੈ ਬਸ ਗੈਂਗਸਟਰ ਵਰ ਕੈਨੇਡਾ 'ਚ ਹੈਗਾ ਵਾ ਪਰ ਮੈਨੂੰ ਨਹੀਂ ਪਤਾ ਕਿ ਇੱਥੇ ਹੈਗਾ ਹੈਗਾ ਕਿੱਥੇ ਸੋਸ਼ਲ ਮੀਡੀਆ 'ਤੇ ਹੈਗਾ ਜਾਂ ਹੈਗਾ ਉਹਨਾਂ ਦਾ ਜਿਹੜੇ ਬੜੇ ਵੱਡੇ ਲੈਵਲ ਤੇ ਡੀਲਿੰਗ ਕਰਦੇ ਨੇ ਕਾਮਨ ਬੰਦੇ ਨੂੰ ਬਸ ਆਪਣੇ ਕੰਮ ਤੋਂ ਮਤਲਬ ਹੋਣਾ ਚਾਹੀਦਾ ਉਹਨੂੰ ਕਿਸੇ ਨਾਲ ਕੀ ਲੈਣਾ ਨਿਆਣਾ ਕਰਕੇ ਜੀ ਜੇ ਇਮੀਗ੍ਰੇਸ਼ਨ ਦੇ ਵਿੱਚ ਕੋਈ ਬੰਦਾ ਉੱਥੇ ਜਾ ਕੇ ਲੜਾਈਆਂ ਕਰਦਾ ਉਹਦੀ ਪੀਆਰ ਦੀ ਫਾਈਲ ਨਹੀਂ ਲੱਗਦੀ ਉਹਦੀ ਪੀਆਰ ਦੀ ਫਾਈਲ ਹੋਲਡ ਤੇ ਪੈ ਜਾਂਦੀ ਆ ਉਹ ਦਰਦ ਨਾਲ ਲੜਦਾ ਹੀ ਨਹੀਂ ਹੈਗਾ ਉਥੇ ਬਾਤ ਤੁਸੀਂ ਲੈਟਸ ਸਪੋਜ਼ ਪੀਆਰ ਤੋਂ ਬਾਅਦ ਤੁਸੀਂ ਲੜ ਪਏ ਥੋੜੀ ਛਟੀਆਂ ਦੇ ਵਿੱਚ ਚੱਕਰ ਹੋ ਜਾਂਦਾ ਕੱਲੇ ਪੰਜਾਬੀ ਕੋਈ ਜਾਂਦਾ ਕਿ ਹੋਰ ਲੋਕ ਵੀ ਉੱਥੇ ਬਾਈ ਜੀ ਗੁਜਰਾਤੀ ਪੰਜਾਬੀਆਂ ਨਾਲੋਂ ਮੂਰੇ ਨਹੀਂ ਜੀ ਤੁਸੀਂ ਨਾ ਅਮਰੀਕਾ ਜਾ ਕੇ ਦੇਖਿਓ ਕੈਨੇਡਾ ਦੇਖੋ ਗੁਜਰਾਤੀਆਂ ਨੇ ਕੀ ਤਰੱਕੀ ਕੀਤੀ ਆ ਗੁਜਰਾਤੀ ਲੋਕਾਂ ਨੇ ਫੇਰ ਜਾ ਦਾਂ ਪਿਆ ਉੱਥੇ ਬਾਈ ਜੀ ਹਟੇਲ ਚੇਨ ਇਹਨਾਂ ਦੀ ਆ ਗਰੋਸਰੀ ਸਟੋਰ ਇਹਨਾਂ ਦੇ ਆ ਤੁਹਾਨੂੰ ਫੋਰ ਐਗਜ਼ਾਮਪਲ ਬ੍ਰੈਂਟਨ ਮਹਿੰਗਾ ਅਜੀ ਡੇਟ ਤੇ ਅਸੀਂ ਲੰਡਨ ਚਲ ਜਾਈਏ ਉੱਥੇ ਲੰਡਨ ਵੀ ਹੈਗਾ ਇੱਕ ਕਿਸ ਤਰ੍ਹਾਂ ਚਲ ਜਾਈਓ ਆ ਲਬਾਟਾ ਚਲ ਜਾਈਓ ਬਾਈ ਜੀ ਬੜੀ ਥਾਂ ਹੈ ਤਿੰਨ ਗੁਣਾ ਵੱਡਾ ਜੀ ਤੁਹਾਡੇ ਕੇਸ ਖਰਾਬ ਹੋ ਗਏ ਸਪਾਉਸ ਓਪਨ ਵਰਕ ਪਰਮਿਟ ਨਹੀਂ ਲੱਗ ਰਿਆ ਪੀਆਰ ਵੀ ਲੱਗਦੀ ਵੀ ਵੀਜ਼ਾ ਰਿਫਿਊਜ਼ ਹੋ ਗਏ ਅਸੀਂ ਲੋਕਾਂ ਨੇ ਛੇਛੇ ਦੇ ਫਿਊਜ਼ਨ ਵਾਲੇ ਕੇਸ ਕਢਾਤੇ ਠੀਕ ਹੈ ਇਹਨਾਂ ਦੇ ਕੈਨੇਡਾ ਨੂੰ ਮੜਾ ਜਿਹਨੂੰ ਦੁਬਈ ਨਾ ਬਾੜੇ ਅਸੀਂ ਉਹਨੂੰ ਕੈਨੇਡਾ ਭੇਜਤਾ ਜੇ ਗੱਲ ਨਹੀਂ ਵੀ ਕੰਮ ਬਣਦਾ ਹੋਊਗਾ ਤਾਂ ਸਾਫ਼ ਦੱਸ ਦਾਂਗੇ ਪਰ ਆ ਤੇਰਾ ਬਣਨਾ ਨਹੀਂ ਆਪਣੇ ਪੈਸੇ ਸਾਂਭ ਕੇ ਦੇਖੋ ਮੈਂ ਤੁਹਾਡੇ ਕੋਲੇ ਬੈਠਾ ਮੈਂ ਤੁਹਾਡੀ ਵੀ ਨਹੀਂ ਕਹਿ ਸਕਦਾ ਪਰ ਲੋਕ ਕੀ ਦੇਖਣ ਮੰਨ ਲਓ ਤੁਹਾਡੇ ਕੋਲੇ ਵੀ ਆਉਂਦੇ ਜਾਂ ਕਿਤੇ ਵੀ ਜਾਂਦੇ ਆ ਉਹਨਾਂ ਦਾ ਕਿਤੇ ਵਿਸ਼ਵਾਸ ਹੈ ਉਹ ਉੱਥੇ ਜਾ ਕੇ ਕੀ ਦੇਖਣ ਵੀ ਉਹ ਉਹਨਾਂ ਨੂੰ ਕੀ ਪਤਾ ਲੱਗੇ ਕਿ ਇਹ ਏਜੰਟ ਵਾਕਿਆ ਹੀ ਸਹੀ ਹੈ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਕੈਨੇਡੀਅਨ ਲਾਇਸੈਂਸ ਦੇਖੋ ਜਿਹਨਾਂ ਨਾਲ ਉਹਨੇ ਤੁਹਾਡਾ ਵੀਜ਼ਾ ਅਪਲਾਈ ਕਰਨਾ ਜੀ ਫਿਰ ਉਹਨੂੰ ਪੁੱਛੋ ਵੀ ਤੁਹਾਡੀ ਇਸ ਫੀਲਡ ਦੇ ਵਿੱਚ ਕੀ ਐਕਸਪਰਟਾਈਜ਼ ਹੈਗੀ ਤੁਸੀਂ ਪਹਿਲਾਂ ਕਿੰਨੇ ਵੀਜ਼ੇ ਲਵਾਏ ਨੇ ਉਹਨਾਂ ਸੋਸ਼ਲ ਮੀਡੀਆ ਚੈੱਕ ਕਰੋ ਵੀ ਇਹੋ ਕੰਪਨੀ ਆਥਰਾਇਜ਼ਡ ਹੈਗੀ ਹੈ ਸਭ ਤੋਂ ਪਹਿਲਾਂ ਲੈਖੋ ਟਲਾਈਸੈਂਸ ਜੀ ਜਿਵੇਂ ਮੈਂ ਕੈਨੇਡਾ ਸਰਕਾਰ ਤੋਂ ਉੱਥੇ ਪੜ ਕੇ ਆਇਆ ਮੈਂ ਕੈਨੇਡਾ ਸਰਕਾਰ ਤੋਂ ਅਪਰੂਵਡ ਜੀ ਕੈਨੇਡਾ ਸਰਕਾਰ ਬਾਇਲਾ ਕੀ ਕਹਿੰਦੀ ਹੈ ਵੀ ਤੁਸੀਂ ਉਸ ਬੰਦੇ ਕੋਲੋਂ ਆਪਣੀ ਫਾਈਲ ਅਪਲਾਈ ਕਰਾਓ ਜਿਹੜਾ CICC ਦਾ ਮੈਂਬਰ ਹੋਵੇ RCIC ਹੋਵੇ ਇਹਦੀ ਫੁੱਲ ਫਾਰਮ ਹੈ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਦੂਜੀ ਗੱਲ ਇਹ ਪੈਕੇਜਾਂ ਤੋਂ ਬਚੋ 700 ਬੱਚਾ ਰਿਪੋਰਟ ਦਾ ਰੋਲਾ ਚੱਲਿਆ ਕੈਨੇਡਾ ਬਿਲਕੁਲ ਬਿਲਕੁਲ ਧਰਨੇ ਲੱਗੇ ਉੱਥੇ ਜਦੋਂ ਇਨਕੁਆਰੀਆਂ ਚਲੀਆਂ ਫੇਰ ਪਤਾ ਲੱਗਿਆ ਕਹਿੰਦੇ ਇਹ ਤਾਂ ਪੈਕੇਜ ਵਾਲੇ ਬੱਚੇ ਨੇ ਪੈਕੇਜ ਵਾਲੇ ਮਤਲਬ ਕੀ ਬਾਈ ਜੀ ਪਾਸਪੋਰਟ ਫੜਾ ਦਿਓ ਸਾਰਾ ਕੁਝ ਏਜੰਟ ਆਪੀ ਬਣਾ ਲਊਗਾ ਐਜੂਕੇਸ਼ਨ ਹਾਈਲਾਈਟਸ ਵਗੈਰਾ ਹਮ ਹਮ ਜਿਹੜਾ ਕੰਮ ਬੁਲਾ ਲਓ ਵੀ 20-22 ਲੱਖ ਚ ਹੋਣਾ ਉਹ 40-42 ਲੱਖ ਦੇ ਕੇ ਛੁਟੇ ਇੱਥੇ ਉਹਦਾ ਪੰਜਾਬ ਦੇ ਕਲਚਰ ਦਿਖਾਇਆ ਨਾ ਫ੍ਰੀ ਚ ਫਾਈਲ ਦਿਓ ਹਾਂ ਬਹੁਤ ਆ ਜੀ ਇਸ ਦੁਨੀਆ ਦੇ ਵਿੱਚ ਫਰੀ ਸਿਰਫ ਮੰਮੀ ਦਾ ਪਿਆਰ ਮਿਲਦਾ ਹੂੰ ਹੋਰ ਕੁਝ ਫਰੀ ਚ ਨਹੀਂ ਹੈਗਾ ਵਾ ਹਰ ਚੀਜ਼ ਦੀ ਪ੍ਰਾਈਸ ਆ ਉਹਨੂੰ ਪੁੱਛਿਆ ਯਾਰ ਕਾਲਜ ਦੀ ਫੀਸ ਭਰਨੇ ਅਸੀਂ ਭਰ ਦਾਂਗੇ ਜਿਹੜੇ ਤੇਰੇ ਚਾਰਜਸ ਨੇ ਤੂੰ ਵੱਖਰੇ ਲੈ ਲੈ ਫਾਈਲਿੰਗ ਕਰਕੇ ਮਿਸ ਇਨਫਰਮੇਸ਼ਨ ਲੋਕਾਂ ਦੇ ਵਿੱਚ ਬਹੁਤ ਫੈਲ ਗਈ ਆ ਵੀ ਕੈਨੇਡਾ ਨੇ ਵੀਜ਼ੇ ਬੰਦ ਕਰਤੇ ਜੀ ਇੰਡੀਆ ਨੇ ਵੀਜ਼ੇ ਬੰਦ ਕਰਤੇ ਇੰਡੀਆ ਨੇ ਵੀਜ਼ੇ ਬੰਦ ਨਹੀਂ ਕੀਤੇ ਹੋਲਡ ਤੇ ਪਾਏ ਆ ਲੋਕਾਂ ਨੂੰ ਅੱਜ ਵੀ ਨਹੀਂ ਪਤਾ ਵੀ ਲੋਕੀ ਇੰਡੀਆ ਤੋਂ ਵੀ ਕੈਨੇਡਾ ਵਰਕ ਪਰਮਿਟ ਤੇ ਜਾ ਰਹੇ ਨੇ 4-4 ਬੈਂਡ ਲੈ ਕੇ ਮੈਂ ਭਾਈ ਬਹੁ ਮੁੰਡੇ ਭੇਜਨੇ ਨਾਲੇ ਸਿੱਧਾ ਉਰ ਦੇ ਜਹਾਜ਼ ਦਿੱਲੀੋਂ ਬੈਠਾਂਗੇ ਜੀ ਟ੍ਰਾਂਟੋ ਜਾ ਕੇ ਉਤਰਾਂਗੇ ਕੋਈ ਰਿਸਕ ਨਹੀਂ ਆ 4 ਬੈਂਡ ਤੇ ਵੀ 4 ਬੈਂਡ ਤੇ ਭਾਈ ਮੈਂ ਤੁਹਾਡੇ ਕੋਲ ਸੁਣਿਆ ਭਾਜੀ ਮੇਰਾ ਸੋਸ਼ਲ ਮੀਡੀਆ ਚੈੱਕ ਕਰ ਲਓ ਜੀ ਕੈਨੇਡਾ ਸਰਕਾਰ ਨੇ ਆਪਣੇ ਡਿਪਲੋਮੈਟ ਵਾਪਸ ਬੁਲਾ ਲਏ ਸੀ ਜਿਹੜਾ ਅੱਜ ਕੱਲ੍ਹ ਰਿਸ਼ਤੇ ਖਰਾਬ ਚੱਲਦੇ ਪਏ ਉਸ ਕਰਕੇ ਪਰ ਵੀਜ਼ੇ ਆਉਣੇ ਬੰਦ ਨਹੀਂ ਹੋਏ ਜੀ ਸਾਰਾ ਕੰਮ ਚੱਲਦਾ ਪਿਆ ਬਸ ਸਲੋ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਲੋਕ ਅਵਾਜ਼ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਦੋਸਤੋ ਸਾਡੇ ਸਭ ਦੇ ਮਨ ਦੇ ਵਿੱਚ ਜਦੋਂ ਤੋਂ ਭਾਰਤ ਤੇ ਕੈਨੇਡਾ ਦੇ ਸਬੰਧ ਵਿਗੜਿਆ ਸਾਡੇ ਸਭ ਦੇ ਮਨ ਦੇ ਵਿੱਚ ਚਿੰਤਾ ਹੈ ਕਿਉਂਕਿ ਭਾਰਤ ਤੇ ਕੈਨੇਡਾ ਦੇ ਸਬੰਧ ਪਤਾ ਨਹੀਂ ਕਦੋਂ ਸੁਧਰਨ ਜਾਂ ਨਾ ਪਰ ਪੰਜਾਬੀਆਂ ਨੂੰ ਸਭ ਤੋਂ ਵੱਧ ਫਿਕਰ ਹੁੰਦੀ ਹੈ ਕਿਉਂਕਿ ਪੰਜਾਬ ਉੱਥੇ ਵੀ ਵਸਤ ਹੈ ਤਾਂ ਉਹਨਾਂ ਨੂੰ ਇਹ ਰਹਿੰਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਸਾਡੀ ਇਹ ਪੰਜਾਬ ਦੀ ਉਹ ਪੰਜਾਬ ਨਾਲੋਂ ਦੂਰੀ ਪੈ ਜਾਵੇ ਇਹ ਚਿੰਤਾ ਹਰ ਪੰਜਾਬੀ ਦੇ ਮਨ ਦੇ ਵਿੱਚ ਹੈ ਨਾਲ ਇੱਕ ਹੋਰ ਸਵਾਲ ਵੀ ਆ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਹੈ ਕਿ ਉੱਥੇ ਕੁਝ ਵੀ ਨਹੀਂ ਹੁਣ ਉੱਥੇ ਕ੍ਰਾਈਸਿਸ ਹੈ ਮੰਦੀ ਹੈ ਕੰਮ ਹੈ ਨਹੀਂ 2000 ਬੰਦੇ ਲਾਈਨਾਂ ਵਿੱਚ ਖੜੇ ਹੁੰਦੇ ਆ ਤੇ ਨੌਕਰੀ ਦੋਨੇ ਪ੍ਰਾਪਤ ਕਰਨੀ ਹੁੰਦੀ ਹੈ ਇਹ ਸਾਰੇ ਸਵਾਲ ਆ ਜਿਹੜੇ ਇਹ ਇਹਨਾਂ ਦਾ ਜਵਾਬ ਕੀ ਹੈ ਕਿ ਸੱਚਮੁੱਚ ਇਸ ਤਰੀਕੇ ਨਾਲ ਕਿ ਜਿਸ ਜਿਵੇਂ ਭਾਰਤ ਤੇ ਕੈਨੇਡਾ ਦੇ ਸਬੰਧ ਵਿਗੜ ਰਹੇ ਆ ਕਿ ਅੱਗੇ ਜਾ ਕੇ ਰਸਤੇ ਬੰਦ ਹੋ ਜਾਣਗੇ ਜਿਹੜੇ ਨਵੇਂ ਨੌਜਵਾਨ ਆਇਲਸ ਕਰ ਰਹੇ ਆ ਜਾਂ ਕਿਸੇ ਨੇ ਵਰਕ ਪਰਮਿਟ ਤੇ ਜਾਣਾ ਜਾਂ ਫੈਮਿਲੀ ਨੇ ਜਾਣਾ ਉਹ ਜਾ ਸਕਦਾ ਜਾਂ ਨਹੀਂ ਕੀ ਇਹਨਾਂ ਸਬੰਧਾਂ ਦਾ ਅੱਗੇ ਅਸਰ ਪਵੇਗਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਅਸੀਂ ਪਟਿਆਲਾ ਦੇ ਵਿੱਚ ਆ ਏਵਾਈਐਸ ਕੰਸਲਟੈਂਟ ਤੇ ਸਾਡੇ ਨਾਲ ਜਸਕੀਰਤ ਸਿੰਘ ਸੋਰ ਰਹਿਣਗੇ ਕੈਨੇਡਾ ਦੇ ਸਿਟੀਜ਼ਨ ਵੀ ਨੇ ਨਾਲ ਹੀ ਕੈਨੇਡਾ ਤੋਂ ਹੋ ਲੋਅ ਕਰਕੇ ਆਏ ਨੇ ਉਹਨਾਂ ਨੂੰ ਕਾਫੀ ਨੌਲੇਜ ਹੈ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਪਹਿਲਾਂ ਸਵਾਗਤ ਕਰ ਲਈ ਬਾਈ ਸਸੀ ਗਾ ਜੀ ਸਸੀ ਗਾ ਬਾਈ ਜੀ ਕੀ ਹਾਲ ਹੈ ਜੀ ਬਾਈ ਠੀਕ ਹਾਂ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਪਹਿਲਾਂ ਮੈਂ ਸਾਰੀਆਂ ਗੱਲਾਂ ਤੋਂ ਇਹ ਜਿਹੜਾ ਰੌਲਾ ਚੱਲ ਰਿਹਾ ਕਿ ਜਿਸ ਤਰੀਕੇ ਨਾਲ ਭਾਰਤ ਤੇ ਕੈਨੇਡਾ ਦੇ ਸਬੰਧ ਜੀ 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 ਉਹਦਾ ਇਥੋਂ ਕਹਿੰਦੇ ਆ ਕਿ ਉਹਨਾਂ ਨੇ ਆਪਦੇ ਜਿਹੜੇ ਵਾਪਸ ਵੀ ਬੁਲਾ ਲਏ ਐ ਕਿ ਜਿਸ ਤਰ੍ਹਾਂ ਡਿਪਲੋਮੈਟ ਵਾਪਸ ਬੁਲਾ ਲਏ ਤੇ ਉਹ ਵੀ ਕਿ ਲੱਗ ਲੋਕਾਂ ਦੇ ਮਨ ਚ ਇੱਕ ਡਰ ਬਣ ਗਿਆ ਕਿ ਉਧਰ ਆਉਣ ਵਾਲਿਆਂ ਦੇ ਡਰ ਆ ਕਿ ਯਾਰ ਵੀ ਹਣੀ ਇੱਥੇ ਹੁਣ ਸਾਨੂੰ ਆਉਣ ਦੇਣਗੇ ਕਿ ਨਾ ਤੇ ਇਧਰੋਂ ਜਾਣ ਵਾਲੇ ਜਿਹੜੇ ਬੱਚੇ ਆ ਉਹ ਮਾਂ ਪਿਓ ਦੇ ਕਿਉਂਕਿ ਹਰ ਮਾਂ ਪਿਓ ਦੀ ਕਮਾਈ ਉਹਦਾ ਬੱਚਾ ਹੀ ਹੁੰਦਾ ਸਾਰੀ ਕਮਾਈ ਉਹਨੇ ਰਹਿਦਾ ਵੀ ਉੱਥੇ ਮੈਂ ਭੇਜ ਦਿਆਂ ਵਾਪਸ ਹੌਣ ਨਾ ਦੇਣ ਜਾਂ ਉੱਥੇ ਕਿਤੇ ਹੋਰ ਮਾਹੌਲ ਵਿਗੜ ਜਾਵੇ ਤੇ ਮੇਰਾ ਬਣ ਦੇਖੋ ਗਰਾਉਂਡ ਤੇ ਰਿਐਲਿਟੀ ਕੈਨੇਡਾ ਚ ਸਾਰੀ ਠੀਕ ਜਾ ਰਹੀ ਹੈ ਜੀ ਬਸ ਕਿ ਇਹ ਸੋਸ਼ਲ ਮੀਡੀਆ ਦੇ ਵਿੱਚ ਹਾਈਪ ਬਹੁਤ ਜ਼ਿਆਦਾ ਹੋ ਗਈ ਆ ਕੈਨੇਡਾ ਸਰਕਾਰ ਨੇ ਆਪਣੇ ਡਿਪਲੋਮੈਟ ਵਾਪਸ ਬੁਲਾ ਲਏ ਸੀ ਜਿਹੜਾ ਅੱਜ ਕੱਲ੍ਹ ਰਿਸ਼ਤੇ ਖਰਾਬ ਚੱਲਦੇ ਪਏ ਉਸ ਕਰਕੇ ਪਰ ਵੀਜ਼ੇ ਆਉਣੇ ਬੰਦ ਨਹੀਂ ਹੋਏ ਜੀ ਆ ਸਾਡਾ 19 ਅਕਤੂਬਰ ਨੂੰ ਇੱਕ ਇੰਡੀਆ ਤੋਂ ਵਰਕ ਪਰਮਿਟ ਅਪਰੂਵ ਹੋ ਕੇ ਆ ਪਹਿਲਾਂ ਬੰਦੇ ਦੀ ਦੋ ਰਿਫਿਊਜ਼ਲਾਂ ਵੀ ਸੀਗੀਆਂ ਸਾਰਾ ਕੰਮ ਚੱਲਦਾ ਪਿਆ ਬਸ ਸਲੋ ਹੋ ਗਿਆ ਜਿਹੜਾ ਕੰਮ ਪਹਿਲਾਂ 2 ਮਹੀਨੇ ਚ ਹੋ ਜਾਂਦਾ ਸੀਗਾ ਹੁਣ ਉਹ 3 ਤੇ 4 ਤੇ ਚਲਾ ਗਿਆ ਕਰਕੇ ਜੀ ਇਹ ਗੱਲ ਹੋਈ ਆ ਵੀ ਮਿਸ ਇਨਫਾਰਮੇਸ਼ਨ ਲੋਕਾਂ ਦੇ ਵਿੱਚ ਬਹੁਤ ਫੈਲ ਗਈ ਆ ਵੀ ਕੈਨੇਡਾ ਨੇ ਵੀਜ਼ੇ ਬੰਦ ਕਰਤੇ ਜੀ ਇੰਡੀਆ ਨੇ ਵੀਜ਼ੇ ਬੰਦ ਕਰਤੇ ਇੰਡੀਆ ਨੇ ਵੀਜ਼ੇ ਬੰਦ ਨਹੀਂ ਕੀਤੇ ਹੋਲਡ ਤੇ ਪਾਏ ਆ ਕੈਨੇਡਾ ਵੀਜ਼ੇ ਇਸ਼ੂ ਕਰ ਰਹੇ ਆ ਪਰ ਟਾਈਮ ਲੈ ਕੇ ਕਰਦਾ ਪਿਆ ਹੈਗਾ ਤੇ ਜਿਹੜੀ ਮਿਸ ਇਨਫਾਰਮੇਸ਼ਨ ਕਰਕੇ ਲੋਕੀ ਬਹੁਤ ਘਬਰਾਉਣ ਲੱਗੇ ਹੋਏ ਆ ਪਰ ਇਦਾਂ ਦੀ ਕੋਈ ਲੋਡ ਨਹੀਂ ਹੈਗੀ ਸੋ ਫਾਰ ਸਾਰਾ ਗੁੱਡ ਜਾ ਰਿਹਾ ਬਸ ਮੈਂਟਲੀ ਪ੍ਰੀਪੇਅਰ ਹੋ ਜਾਈ ਪਹਿਲਾਂ 2 ਮਿੰਟ ਚ ਵੀਜ਼ਾ ਲੱਗ ਰਿਹਾ ਸੀ ਹੁਣ 3 ਚ ਲੱਗ ਜਾਣਗੇ 4 ਚ ਲੱਗ ਜਾਣਗੇ ਪਰ ਕੈਨੇਡਾ ਕਦੇ ਇੰਡੀਅਨ ਵਾਸਤੇ ਵੀਜ਼ੇ ਨਹੀਂ ਬੰਦ ਕਰਦਾ ਉਹ ਲੋਕੀ ਬਹੁਤ ਸਮਾਰਟ ਨੇ ਜੀ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਸਟੂਡੈਂਟ ਆਊਗਾ ਜਿਹੜਾ ਵਰਕਰ ਆਊਗਾ ਉਹ 4 ਪੈਸੇ ਲੈ ਕੇ ਆਊਗਾ ਉਹਨੇ ਕੰਮ ਕਰੂਗਾ ਉਹਨੇ ਸੈਟਲ ਹੋਊਗਾ ਉਹਨਾਂ ਦੀ ਜਿਹੜੀ ਬਿਊਰੋਕਰੇਸੀ ਆ ਬਹੁਤ ਸੋਚ ਸਮਝ ਕੇ ਚੱਲਦੀ ਹੈ ਜੀ ਉੱਥੇ ਮਤਲਬ ਜਿਵੇਂ ਇਹ ਲੱਗ ਰਿਹਾ ਕਿ ਕਿ ਮਤਲਬ ਉਹੀ ਗੱਲ ਪਹਿਲਾਂ ਵਾਲੀ ਵੀ ਉੱਥੇ ਭੇਜਣਾ ਬੱਚਾ ਉੱਥੇ ਕੋਈ ਮਤਲਬ ਜਿਵੇਂ ਤੁਸੀਂ ਕਹਿੰਦੇ ਉੱਥੇ ਉੱਥੇ ਬਿਲਕੁਲ ਇਸ ਤਰੀਕੇ ਦਾ ਕੋਈ ਮਾਹੌਲ ਨਹੀਂ ਵੀ ਭਾਰਤ ਦੇ ਖਿਲਾਫ ਜਾਂ ਵੀ ਭਾਰਤੀ ਬੱਚਿਆਂ ਦੇ ਖਿਲਾਫ ਕੋਈ ਇਸ ਤਰੀਕੇ ਦੀ ਨੈਗੇਟਿਵਿਟੀ ਬਾਈ ਜੀ ਸੋ ਫਾਰ ਸਾਰੇ ਵਧੀਆ ਰਹਿ ਰਹੇ ਨੇ ਉੱਥੇ ਸਮਝ ਨਹੀਂ ਹੈ ਕਿਸੇ ਕੋਈ ਜੀ ਫੋਰ ਐਗਜ਼ਾਮਪਲ ਇੱਕ ਸਟੂਡੈਂਟ ਆ ਉਹਨੇ ਕਾਲਜ ਜਾਣਾ ਉਹਨੇ ਜੌਬ ਤੇ ਜਾਣਾ ਉਹਨੂੰ ਕੀ ਪਤਾ ਬਾਹਰ ਕੀ ਚੱਲਦਾ ਪਿਆ ਇਹ ਸੋਸ਼ਲ ਮੀਡੀਆ ਤੇ ਦਿਖਾਇਆ ਯਾਰ ਜੀ ਭਾਰਤ ਦੇ ਖਿਲਾਫ ਹੋ ਰਹੇ ਨੇ ਭਾਰਤੀਆਂ ਦੇ ਹਮਲੇ ਹੋ ਰਹੇ ਨੇ ਇਦਾਂ ਦਾ ਕੁਝ ਨਹੀਂ ਹੋ ਰਿਹਾ ਹੈਗਾ ਸਾਰੇ ਬੱਚੇ ਕੰਮ ਕਰ ਰਹੇ ਨੇ ਅੱਗੇ ਵਧਦੇ ਪਏ ਨੇ ਜੀ ਲੈਟ ਸਪੋਜ਼ ਅੱਜ ਕੰਮ ਘੱਟ ਹੋ ਵੀ ਗਿਆ ਪਹਿਲਾਂ ਤਾਂ ਕੰਮ ਬਹੁਤ ਬਿਜ਼ੀ ਸੀਗਾ ਇਹ ਪਾਰਟ ਆਫ ਲਾਈਫ ਹੈ ਅਪ ਐਂਡ ਡਾਊਨ ਅਪ ਐਂਡ ਡਾਊਨ ਸੋ ਘਬਰਾਣ ਦੀ ਲੋੜ ਕਿਤੇ ਵੀ ਨਹੀਂ ਕਿਸੇ ਨੂੰ ਹੈਗੀ ਸਾਰੇ ਸੇਫ ਨੇ ਸਾਰੇ ਗੁੱਡ ਨੇ ਜੀ ਸਾਰੇ ਗੁੱਡ ਨੇ ਅੱਛਾ ਇਹਦੇ ਨਾਲ ਤੋਂ ਇੱਕ ਸਵਾਲ ਹੋਰ ਆ ਜਿਹੜਾ ਜੀ ਵੀ ਕੈਨੇਡਾ ਚ ਕ੍ਰਾਈਸਿਸ ਮੰਦੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਆਉਂਦੀਆਂ ਵੀ ਦੇਖੋ ਜੀ ਕੰਮ ਦੋ ਬੰਦਿਆਂ ਨੂੰ ਮਿਲਣਾ ਬੰਦਾ 2000 ਖੜਾ 200 ਖੜਾ 500 ਖੜਾ ਉਹਦੀ ਅਸਲ ਸੱਚਾਈ ਕੀ ਹੈ ਦੇਖੋ ਭਾਜੀ ਅਸਲ ਸੱਚਾਈ ਕੀ ਹੁੰਦੀ ਆ ਵੀ ਅੱਜ ਦੇ ਟਾਈਮ ਚ ਨੈਗੇਟਿਵ ਨਿਊਜ਼ ਬੜੀ ਛੇਤੀ ਨਿਕਲਦੀ ਆ ਹੁਣ ਫॉर ਐਗਜ਼ਾਮਪਲ ਕਿਸੇ ਨੂੰ ਮਾੜਾ ਕਹਿਣਾ ਹੋਵੇ ਸਾਰੇ ਦੇਖਣ ਕੀ ਖੜਕੇ ਕਿਸੇ ਦੀ ਸਿਫਤ ਕਰਨੀ ਹੋਵੇ ਅਗਲਾ ਦੋ ਵਾਰੀ ਸੋਚ ਕੇ ਕਰਦਾ ਹੁਣ ਕੈਨੇਡਾ ਚ ਸੀਨ ਕੀ ਹੋ ਗਿਆ ਅੱਜ ਕੱਲ ਥੋੜਾ ਰੈਸੈਸ਼ਨ ਆਇਆ ਹੋਇਆ ਕਰਕੇ ਵੀ ਸਾਰਿਆਂ ਨੇ ਗੱਲ ਪੀਕ ਤੇ ਚੱਕ ਲਈਏ ਹੋ ਗਿਆ ਹੋ ਗਿਆ ਪਰ ਕਿੰਨੇ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਕੱਖਾਂ ਤੋਂ ਲੱਖਾਂ ਬਣਾਏ ਜੀ ਉਹ ਵਿਚਾਰੇ ਗਏ ਸੀ ਵੈਕਟਰ ਵਿਜੇ ਤੋਂ ਉੱਥੇ ਵਰਕ ਪਰਮਿਟ ਲੈ ਲੈ ਜਾ ਕੇ ਅੱਜ ਟ੍ਰਾਂਸਪੋਰਟਾਂ ਦੇ ਮਾਲਕ ਨੇ ਰੈਸਟੋਰੈਂਟ ਖੋਲੇ ਹੋਏ ਨੇ ਹੁਣ ਇੱਕ ਚਿਰ ਮੈਂ ਨਾ ਹੋਰ ਦੱਸਦਾ ਜਿਹੜਾ ਕੰਮ ਹੈ ਨਾ ਜਿਹੜਾ ਮਿਹਨਤੀ ਆ ਉਹਦੇ ਵਾਸਤੇ ਸਾਰੇ ਪਾਸੇ ਕੰਮ ਹੁਣ ਮੈਂ ਕਿਸੇ ਉੱਥੇ ਮੁੰਡੇ ਨੂੰ ਭੇਜਿਆ ਸੀਗਾ ਹਨਾ ਮੈਂ ਕਿਹਾ ਯਾਰ ਤੂੰ ਐ ਕਰ ਵੀ ਤੂੰ ਫਰਾਨੀ ਥਾਂ ਦੇ ਨਾ ਜਨਰਲ ਲੇਬਰ ਦੀ ਜੌਬ ਨਿਕਲ ਉੱਥੇ ਕਰ ਲੈ ਜਾ ਕੇ ਉਹ ਕਹਿੰਦਾ ਬਈ ਮੈਂ ਤਾਂ ਟਰੱਕ ਹੀ ਚਲਾਉਂਗਾ ਮੈਨੇ ਇਹ ਨੀ ਕਰਨੀ ਹੈਗੀ ਹੁਣ ਇਹਦੇ ਵਿੱਚ ਕੀ ਦਾ ਕਸੂਰ ਹੈ ਜੀ ਇਹਨੀ ਮਿਹਨਤ ਕਰਨੀ ਆ ਨਾ ਉਹਨੇ ਦਸਤਾ ਬਣਾ ਲੈਣਾ ਬਟ ਕੀ ਸੋਚ ਹੋਣੀ ਚਾਹੀਦੀ ਆ ਵੀ ਅੱਜ 100 ਡਾਲਰ ਨਹੀਂ ਬਣਿਆ 50 ਬਣ ਗਏ ਆਪਾਂ 50 ਲੈ ਕੇ ਤਾਂ ਘਰ ਆਈਏ ਜੀ ਤੇ ਉਹਨੂੰ ਹਫ਼ਤੇ ਬਾਅਦ 100 ਹੀ ਬਣਨ ਲੱਗ ਜੂਗਾ ਹਮ ਬਸ ਕੀ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਤੁਸੀਂ ਆਪਣੇ ਕਰਮਾਂ ਦਾ ਖਾਣਾ ਬਾਈ ਜੀ ਮੈਂ ਆਪਣੇ ਕਰਮਾਂ ਦਾ ਖਾਣਾ ਜੀ ਹੁਣ ਮੈਨੂੰ ਨਹੀਂ ਪਤਾ ਮੈਨੂੰ ਕੈਨੇਡਾ ਪਹੁੰਚਦੇ ਕੰਮ ਮਿਲ ਜੇ ਜੀ ਹਮ ਕਿਸੇ ਨੂੰ ਕੀ ਜਿਹੜਾ ਰੱਬ ਨੇ ਦਾਣਾ ਪਾਣੀ ਲਿਖਿਆ ਨਾ ਹਰ ਇੱਕ ਦਾ ਵੱਖੋ ਵੱਖਰਾ ਲਿਖਿਆ ਕਿਸੇ ਦੀ ਕਾਪੀ ਪੇਸਟ ਕਿਸੇ ਤੇ ਨਹੀਂ ਹੁੰਦੀ ਹੈਗੀ ਤੇ ਇਹ ਗੱਲ ਸੋਚਣੀ ਚਾਹੀਦੀ ਸਾਡੇ ਬੱਚੇ ਨੇ ਕੈਨੇਡਾ ਜਾਣਾ ਵਾ ਉਹ ਆਪਣੀ ਮਿਹਨਤ ਦੇ ਸਿਰ ਤੇ ਬਣੂਗਾ ਉਹ ਕਿਸੇ ਦੇ ਸਾਥ ਨਾਲ ਨਹੀਂ ਬਣੂਗਾ ਜੀ ਜੇਕਰ ਉੱਠ ਕੇ ਕੰਮ ਤੇ ਜਾਊਗਾ ਤਾਂ ਹੀ ਕੰਮ ਮਿਲੂਗਾ ਜੀ ਹਮ ਹੁਣ ਇੰਡੀਆ ਦੇ ਵਿੱਚ ਵੀ ਆਪਾਂ ਜੌਬ ਅਪਲਾਈ ਕਰਦੇ ਆਂ ਚਾਰ ਥਾਂ ਤੋਂ ਰਿਜੈਕਟ ਹੁੰਦਾ ਛੇਵੀਂ ਥਾਂ ਤੇ ਕੰਮ ਆ ਜਾਂਦਾ ਜਾ ਕੇ ਜੀ ਜੀ ਇਹ ਸੋਚ ਹੁੰਦੀ ਹੈ ਬਸ ਮਤਲਬ ਇਹ ਨਹੀਂ ਉਹ ਗੱਲ ਨਹੀਂ ਜਿਹੜੀ ਚੱਲ ਰਹੀ ਹੈ ਮਤਲਬ ਤੁਹਾਡੇ ਕਹਿੰਦਾ ਮਤਲਬ ਇਹ ਹੈ ਬਾਈ ਜੀ ਹੁਣ ਮੈਨੂੰ ਕਹਿਣਗੇ ਵੀ ਤਾਂ ਇਹ ਇਮੀਗ੍ਰੇਸ਼ਨ ਏਜੰਟ ਆ ਕੰਸਲਟੈਂਟ ਆ ਇਹ ਤਾਂ ਕਹਿੰਦਾ ਹਨਾ ਪਰ ਗਰਾਉਂਡ ਤੇ ਜਿਹੜੇ ਲੋਕਾਂ ਨੂੰ ਅਸੀਂ ਜਾਣਦੇ ਆ ਫੋਰ ਐਗਜ਼ਾਮਪਲ ਮੇਰਾ ਕੁਝ ਦੋਸਤ ਆ ਰੈਸਟੋਰੈਂਟ ਵਾਲਾ ਜੀ ਉਹ ਕਹਿੰਦਾ ਜਿਸ ਕਿਰਤੇ ਮੈਂ ਤਾਂ ਓਵਰ ਬਿਜ਼ੀ ਚੱਲਦਾ ਪਿਆ ਜੇ ਕਿਸੇ ਨਾਲ ਗੱਲ ਕਰ ਲਵਾਂਗੇ ਫੋਰ ਐਗਜ਼ਾਮਪਲ ਕੋਈ ਕਾਰਪੈਂਟਰ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੰਮ ਬਹੁਤ ਲਾਈਨਡ ਅਪ ਹੋ ਜਾ ਪਿਆ ਜੀ ਜਿਨ੍ਹਾਂ ਨੇ ਕੰਮ ਹੱਥੀਂ ਕਰਨਾ ਨਾ ਜੀ ਉਹਨਾਂ ਵਾਸਤੇ ਕੰਮ ਹੈਗਾ ਉਹ ਜਿਹੜਾ ਕਹਿੰਦਾ ਮੈਨੂੰ ਉਹਨਾਂ ਵਾਸਤੇ ਕੰਮ ਘੱਟ ਹੈ। ਹਮਮ ਸਕਿਲਡ ਬੰਦੇ ਵਾਸਤੇ ਸਾਰੇ ਪਾਸੇ ਕੰਮ ਹੈਗਾ। ਸਭ ਤੋਂ ਵੱਡੀ ਗੱਲ ਮਿਹਨਤੀ ਵਾਸਤੇ ਤੇ ਪ੍ਰੋਫੈਸ਼ਨਲ ਵਾਸਤੇ। ਪ੍ਰੋਫੈਸ਼ਨਲ ਕਿਦਾਂ ਹੋ ਗਿਆ? ਮੈਂ ਸੌਰੀ ਕਿਸੇ ਬੰਦੇ ਨੂੰ ਜੌਬ ਤੇ ਭੇਜਿਆ। ਜੀ। ਵੀ ਯਾਰ ਜੌਬ ਤੇ ਚਲ ਜਾਆ ਕਰਕੇ ਹਨਾ। ਉਹਨੂੰ ਬੰਦੇ ਨੇ ਬੁਲਾਇਆ ਵੀ ਕਰਕੇ 9 ਵਜੇ ਕੰਮ ਤੇ ਆ ਜੀ। ਉਹ ਪੌਣੇ ਨੋਟੇ ਘਰੋਂ ਭੱਜਿਆ। 10 ਵਜੇ ਕੰਮ ਤੇ ਪਹੁੰਚਿਆ। ਹਮਮ 2 ਦਿਨੋਂ ਕੰਮ ਤੇ ਲੇਟ ਗਿਆ ਤੇ ਜਿਹਨੇ ਅਖਰ ਨੂੰ ਜਵਾਬ ਦਿੱਤਾ ਫੜ ਕੇ। ਵੀ ਇਹ ਇੰਡੀਆ ਨਹੀਂ ਹੈਗਾ। ਟਾਈਮ ਇਜ਼ ਟਾਈਮ। ਹਮਮ ਜੇ 9 ਮਤਲਬ ਤੂੰ 9 ਪੰਜ ਮਿੰਟ ਪਹਿਲਾਂ ਆਉਣਾ ਵਾ ਇਹ ਛੋਟੀ ਛੋਟੀ ਚੀਜ਼ਾਂ ਨੇ ਜਿਹੜੀ ਲੋਕਾਂ ਨੂੰ ਸਿੱਖਣ ਦੀ ਲੋੜ ਹੈਗੀ ਆ ਤੇ ਸਭ ਤੋਂ ਵੱਡੀ ਗੱਲ ਆ سوشل ਮੀਡੀਆ ਤੇ ਥੋੜੀ ਜਿਹੀ ਡਿਫਰੈਂਸ ਬਣਾਉਣਾ ਚਾਹੀਦਾ ਵਾ ਹਾਫ ਇਨਫੋਰਮੇਸ਼ਨ ਨਾ ਲੋਕਾਂ ਦਾ ਕੰਮ ਖਰਾਬ ਕਰ ਦਿੰਦੀ ਆ ਜਿਵੇਂ ਆ سوشل ਮੀਡੀਆ ਦੀ ਗੱਲ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਥੋੜਾ ਜਿਆਦਾ ਇਹ ਤੋਂ ਡਿਫਰੈਂਸ ਰੱਖਣਾ ਜਿਵੇਂ ਇਹ ਲੱਗਦਾ سوشل ਮੀਡੀਆ ਦੇਖ ਕੇ ਕਈ ਵਾਰ ਆਪਾਂ ਨੂੰ ਪੰਜਾਬ 'ਚ ਵੀ ਲੱਗਣਾ ਪੈਂਦਾ ਵੀ ਪਤਾ ਨਹੀਂ ਕਿੰਨਾ ਮਾਹੌਲ ਖਰਾਬ ਹੋ ਗਿਆ ਪਤਾ ਨਹੀਂ ਕੋਈ ਇੱਥੇ ਟੈਰਰਿਸਟ ਜਿਹੜੀਆਂ ਐਕਟੀਵਿਟੀਜ਼ ਐਕਟਿਵ ਹੋਈਆਂ ਵੀਆਂ ਭਾਜੀ ਮੈਂ ਦੱਸਦਾ ਜਦੋਂ ਮੈਂ ਕੈਨੇਡਾ ਚ ਰਹਿੰਦਾ ਸੀ ਮੇਰੀ ਮੰਮੀ ਦਾ ਮੈਨੂੰ ਫੋਨ ਆਇਆ ਕਰਨਾ ਵੀ ਤੂੰ ਸ਼ੈਡਨ ਕਾਲਜ ਵਾਲੇ ਪਾਸੇ ਨਹੀਂ ਜਾਣਾ ਮੈਂ ਮੰਮੀ ਤੁਹਾਨੂੰ ਕਿੱਛੋ ਪਤਾ ਲੱਗਿਆ ਕਹਿੰਦੀ ਮੈਂ ਫਰਾਨੇ ਪੇਜ ਤੇ ਦੇਖਿਆ ਸੀ ਵੀ ਸ਼ੈਡਨ ਵਾਲੇ ਪਾਸੇ ਲੜਾਈਆਂ ਹੁੰਦੀਆਂ ਨੇ ਹੁਣ ਸ਼ੈਡਨ ਕਾਲਜ ਦੇ ਨਾਲ ਆਪਣੀ ਪੰਜਾਬੀਆਂ ਦੀ ਬਹੁਤ ਵਸੂ ਹੈ ਜੀ ਕਿੰਨੇ ਲੋਕੀ ਨੇ ਉੱਥੇ ਉੱਟਕੇ ਕੰਮ ਕਰਨੇ ਕਰੇ ਆ ਜਾਂਦੇ ਨੇ ਜਿਹਨਾਂ ਦੇ ਛੋਟੇ ਘਰਾਂ ਤੋਂ ਵੱਡੇ ਘਰ ਬਣਾ ਲੈ ਉਹ ਸ਼ੈਡਨ ਕਾਲਜ ਦੇ ਨੇੜੇ ਸੀਗੇ ਬਸ ਗੱਲ ਕੀ ਇਹ ਵੀ ਪੰਜ ਛੇ ਮੰਦਿਰ ਉੱਥੇ ਗਏ ਤਾਂ ਕਿ ਉਹਨਾਂ ਨੇ ਗਾ ਪਤਾ ਉਹ ਹਾਈਲਾਈਟ ਹੋ ਗਈ ਉਹੀ ਗੱਲ ਹੈ ਵੀ 네ਗੇਟਿਵ ਨਿਊ ਪੋਜ਼ਿਟਿਵ ਖਬਰਾਂ ਕੋਈ ਨਹੀਂ ਸ਼ੋਅ ਕਰਦਾ ਮੈਂ ਕਿੰਨੇ ਜਾਣਾਂ ਨੂੰ ਜਾਣਦਾ ਬਾਈ ਜੀ ਜਿਹੜੇ ਪੰਜਾਬ ਦੇ ਵਿੱਚ ਕਹਿ ਲੋ ਵੀ ਵਿਚਾਰੇ ਕਹਿਣਾ ਨਹੀਂ ਚਾਹੀਦਾ ਹੈਗਾ ਸਭ ਦਾ ਇੱਜ਼ਤਮਾਨ ਆ ਬਟ ਬਹੁਤ ਲੋ ਲੈਵਲ ਦੇ ਜੌਬਾਂ ਕਰਦੇ ਸੀਗੇ ਉਰੋਂ ਦੀ ਬਾਹਰਲੇ ਮੁਲਕਾਂ ਨੂੰ ਵਗ ਕੇ ਉਹਨਾਂ ਦੀ ਮਿਹਨਤ ਕੀਤੀ ਤੇ ਅੱਜ ਉਹ ਤਨਾੜ ਬਣੇ ਬੈਠੇ ਨੇ ਜੀ ਤਨਾੜ ਬਣੇ ਬੈਠੇ ਬਿਲਕੁਲ ਜੀ ਬਿਲਕੁਲ ਅਸੀਂ ਇੱਕ ਜਿਵੇਂ ਤੁਸੀਂ ਕਹ ਹੁਲੜ ਬਾਜੀ ਉੱਥੇ ਕਿੰਨੇ ਵੱਡੇ ਪੱਦਰ ਦੇ ਉੱਤੇ ਹੁਲੜ ਬਾਜੀ ਹੈ ਬਾਈ ਜੀ ਹੁਲੜ ਬਾਜੀ ਕੀ ਹੁੰਦੀ ਹੈ ਤੁਸੀਂ ਚਲੋ ਹੁਣ ਮੈਂ ਇਹ ਵੀ ਇੱਕ ਐਗਜ਼ਾਮਪਲ ਦਿੰਦਾ ਹਾਂ ਹਨਾ ਫੋਰ ਐਗਜ਼ਾਮਪਲ ਵੀ ਆਪਣੇ ਪੰਜਾਬੀ ਮੰਦਿਰ ਚ ਲੱਗੀ ਜਾ ਕੇ ਉਥੇ ਗੇੜੀਆਂ ਮਾਰਦੀ ਪਈ ਆ ਉਹ ਹੀ ਇੰਡੀਆ ਵਾਲਾ ਮਾਹੌਲ ਕ੍ਰੀਏਟ ਕਰਦੀ ਪਈ ਆ ਔਨ ਦਾ ਅਦਰ ਸਾਈਡ ਗੁੱਜੂ ਮੁੰਡੇ ਆਉਂਦੇ ਨੇ ਉਹਨਾਂ ਦੇ ਡਾਂਡੀਆਂ ਨਾਈਟ ਗੜਬਾ ਵਗੈਰਾ ਕਹਿੰਦੇ ਆ ਉਹ ਆਉਂਦੇ ਆ ਇੰਜੋਏ ਕਰਦੇ ਚੱਲ ਜਾਂਦੇ ਆ ਆਪਣੇ ਇਹ ਸਾਡੇ ਨਾਲ ਕਲਚਰ ਨੂੰ ਦਿਖਾਇਆ ਜਾਦਾ ਵੀ ਹੁੱਲੜ ਬਾਜੀ ਕਰਨੀ ਗੇੜੀਆਂ ਮਾਰਦੀਆਂ ਇਹ ਸਾਡੇ ਟੌਰ ਆ ਉਹੀ ਟੌਰ ਸਾਡੇ ਵਿੱਚਾਂ ਫੈਲੀ ਹੋਈ ਹੈ ਕਰਕੇ ਤੇ ਜਿਸ ਕਰਕੇ ਲੋਕੀ ਡਰਨ ਲੱਗ ਗਏ ਵੀ ਯਾਰ ਕੈਨੇਡਾ ਸਾਡੇ ਬੱਚੇ ਸੇਫ ਨਹੀਂ ਹੈਗੇ ਬਾਈ ਜੀ ਬਿਲਕੁਲ ਸੇਫ ਹੈਗੇ ਨੇ ਜੀ ਥੋੜਾ ਬੱਚਾ ਮਿਹਨਤੀ ਹੋਣਾ ਚਾਹੀਦਾ ਵਾ ਪ੍ਰੋਫੈਸ਼ਨਲ ਹੋਣਾ ਚਾਹੀਦਾ ਮਤਲਬ ਕਮਿਟਮੈਂਟ ਤੇ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਸਟਰੋਂਗ ਮਾਈਂਡ ਵਾਲਾ ਵੀ ਮੈਂ ਉਹਰੇ ਕੁਝ ਬਣਨ ਵਾਸਤੇ ਆਇਆ ਹੁਣ ਤੁਸੀਂ ਇੱਕ ਗੱਲ ਦੱਸੋ ਕੋਈ ਮੁੰਡਾ ਪਿੰਡੋਂ ਉੱਠ ਕੇ ਚੰਡੀਗੜ੍ਹ ਜਾਊਗਾ ਮਿਹਨਤ ਕਰੂਗਾ ਜੀ ਉੱਥੇ ਜਾ ਕੇ ੱਟਕੇ ਖਾਊਗਾ ਨਾ ਹੁਣ ਉਹ ਤਾਂ ਨਹੀਂ ਕਹੂਗਾ ਵੀ ਮੈਂ ਮਰ ਗਿਆ ਮੈਂ ਲੱਟ ਗਿਆ ਤੁਸੀਂ ਕਰੀ ਆਇਆ ਨਾ ਕਰਕੇ ਤੁਸੀਂ ਆਪ ਕਿੰਨੀ ਮਿਹਨਤ ਕੀਤੀ ਆ ਕਿਥੋਂ ਪਿੰਡ ਛੋਡਾ ਉੱਥੇ ਅੱਜ ਚਲੋ ਰੱਬ ਵੱਲੋਂ ਤੁਹਾਡਾ ਸੋਹਣਾ ਨਾਂ ਆ ਸਾਰੇ ਪਾਸੇ ਤੁਸੀਂ ਮਿਹਨਤ ਕਰਕੇ ਬਣਾਇਆ ਨਾ ਸਾਨੂੰ ਬਸ ਬੱਚਿਆਂ ਨੂੰ ਇਹ ਸਖਾਨ ਦੀ ਲੋੜ ਆ ਵੀ ਸਟਰੋਂਗ ਮਾਈਂਡ ਤੇ ਹੋਜੋ ਮਿਹਨਤ ਕਰੋਗੇ ਸਾਰਾ ਕੁਝ ਮਿਲ ਜੂਗਾ ਇੱਕ ਹਰ ਵੇਲੇ ਰੋਣਾ ਨਹੀਂ ਹੈਗਾ ਮਰ ਗਏ ਲਟ ਗਏ ਜੀ ਉਹ ਹੋ ਗਿਆ ਜੀ ਹੁਣ ਕੀ ਹੋ ਗਿਆ ਵੀ ਹਰ ਬੰਦਾ ਇਮੋਸ਼ਨਲ ਕਾਰਡ ਪਲੇ ਕਰਦਾ ਹੁਣ ਲੈਟ ਦੇ ਗਾਣਾ ਪਾ ਦਿੰਦਾ ਮੇਰਾ ਕੀ ਹਾਲ ਮੇਰੀ ਮਾਂ ਨੂੰ ਉਹਨਾਂ ਦੱਸਿਓ ਮਾਂ ਨੂੰ ਪਤਾ ਨਹੀਂ ਹੈਗਾ ਮੁੰਡਾ ਮਿਹਨਤ ਕਰਦਾ ਜੋ ਸਹੀ ਮਾਨ ਤੁਰੇ ਤਾਂ ਵੀ ਭਾਈ ਵੀ ਇਹ ਕਰ ਬਿਲਕੁਲ ਭਾਈ ਹਜੇ ਭਾਈ ਕੈਨੇਡਾ ਚ ਦਾ ਫੇਰ ਬੜੇ ਚੰਗੇ ਹਾਲਾਤਾਂ ਦੇ ਵਿੱਚ ਨੇ ਤੁਸੀਂ ਜੇ ਮਿਹਨਤ ਦੇਖਣੀ ਹੈ ਨਾ ਅਰਬ ਕੰਟਰੀ ਵਾਲਾਂ ਦੀ ਦੇਖਿਓ ਜਾ ਕੇ ਠੀਕ ਹੈ ਕਦੀ ਜੇ ਕਿਸੇ ਨੂੰ ਵਹਿਮ ਹੋਵੇ ਨਾ ਵੀ ਅਸੀਂ ਕੈਨੇਡਾ ਬਹੁਤ ਤੰਗ ਆ ਦੁਬਈ ਜਾ ਕੇ ਦੇਖਿਓ ਜਿਹੜਾ ਉੱਥੇ ਨਾ 4-5 ਏਰੀਆ ਨੇ ਇੱਥੇ ਵਰਕਰ ਰਹਿੰਦੇ ਨੇ ਇੱਕ ਛੋਟੇ ਕਮਰੇ ਦੇ ਵਿੱਚ 12-12 ਜਣੇ ਮਿਹਨਤਾਂ ਕਰਦੇ ਨੇ ਜੀ ਜੀ ਕਦੀ ਉਹਨਾਂ ਦੇ ਮੱਥੇ ਤੇ ਮੈਂ ਦੇਖਿਆ ਨਹੀਂ ਵੀ ਦੁੱਖ ਹੋਵੇ ਉਹ ਕਹਿੰਦੇ ਭਾਈ ਠੀਕ ਹੈ ਕੰਮ ਕਰਨ ਆਏ ਕੰਮ ਕਰ ਰਹੇ ਆ ਹੂੰ ਸਭ ਨੂੰ ਕਹਿੰਦੇ ਆ ਵੀ ਆਓ ਕੰਮ ਕਰੋ ਤਰੱਕੀ ਕਰੋ ਪਰ ਕਦੀ ਕਿਸੇ ਦੇ ਰਾਹ ਰਾ ਰੋੜਾ ਨਾ ਬਣੋ ਹੁਣ ਮੇਰੇ ਕੋਈ ਕੋਈ ਬੰਦਾ ਆਇਆ ਕਹਿੰਦਾ ਜੀ ਇਸ ਤਰ੍ਹਾਂ ਇੰਨਾ ਡਰ ਗਿਆ ਨੈਟ ਦੇ ਦੇਖ ਕੇ ਵੀ ਸ਼ਹਿਰ ਖਬਰ ਸਾਡੇ ਬੱਚੇ ਉਥੇ ਜਾਨ ਦਾ ਖਤਰਾ ਹੋ ਜੇ ਜੀ ਮੈਂ ਕਹਾਂ ਇਦਾਂ ਦਾ ਤਾਂ ਕੁਐਸਚਨ ਹੀ ਹੈਗਾ ਵੀ ਲੋਕੀ ਆਜ਼ਾਦ ਘੁੰਮ ਰਹੇ ਨੇ ਮੇਰੀ ਖੁਦ ਹੀ ਫੈਮਿਲੀ ਉਥੇ ਆ ਕਈ ਵਾਰ ਸਾਨੂੰ ਔਡ ਆਵਰਸ ਤੇ ਸਵੇਰੇ 3 ਵਜੇ ਵੀ ਕੰਮ ਤੇ ਜਾਣਾ ਪੈਂਦਾ ਉਹ ਆਪ ਗੱਡੀ ਚੱਕ ਕੇ ਚਲ ਜਾਂਦੇ ਆ ਜੀ ਹੁਣ ਤੱਕ ਤਾਂ ਮੈਨੂੰ ਲੱਗਿਆ ਕੋਈ ਨਹੀਂ ਮੈਨੂੰ 10 ਸਾਲ ਉਥੇ ਰਹਿੰਦੇ ਨੇ ਹੋ ਗਏ ਸਭ ਤੋਂ ਵੱਡੀ ਗੱਲ ਜੀ ਮੈਂ ਸਟੱਡੀ ਵੀਜ਼ੇ ਤੇ ਗਿਆ ਸੀ ਨਾ ਮੈਨੂੰ ਕੋਈ ਜਾਣਦਾ ਸੀ ਉੱਥੇ ਨਾ ਮੇਰੇ ਕੋਈ ਲਿੰਕ ਸੀ ਉੱਥੇ ਠੀਕ ਹੈ ਉਸ ਧਰਤੀ ਨਹੀਂ ਮੈਨੂੰ ਬਹੁਤ ਕੁਝ ਦਿੱਤਾ ਜੀ ਜੀ ਹੁਣ ਸਫੇਰ ਮੈਂ ਅਗੇਨ ਉਹੀ ਕਹਿ ਰਿਹਾ ਇਹ ਨਾ ਸੋਚੋ ਵੀ ਮੈਂ ਕੰਸਲਟੈਂਟ ਨਾ ਤਾਂ ਕਹਿ ਰਿਹਾ ਜੇ ਮੈਂ ਕੋਈ ਹੋਰ ਕੀਤਾ ਵੀ ਕਰ ਰਿਹਾ ਹੁੰਦਾ ਨਾ ਤਾਂ ਵੀ ਮੈਂ ਕਾਮਯਾਬ ਹੋ ਜਾਣਾ ਸੀਗਾ ਇਹ ਮੇਰਾ ਮਾਈਂਡ ਸਟਰੋਂਗ ਸੀ ਰੱਬ ਵੱਲੋਂ ਮੇਰੇ ਪਰ ਮਿਹਨਤ ਨਹੀਂ ਛੱਡੀ ਕਰੇ ਬਸ ਠੀਕ ਹੈ ਸਭ ਨੂੰ ਇਹੀ ਹੈ ਵੀ ਮਿਹਨਤ ਕਰੋ ਯਾਰ ਤੁਸੀਂ ਪੰਜਾਬੀ ਹੋ ਪੰਜਾਬੀ ਜਾਣੇ ਜਾਂਦੇ ਨੇ ਹੌਸਲੇ ਕਰਕੇ ਨਾ ਕਿ ਹੁੱਲਣ ਬਾਜੀ ਕਰਕੇ ਨਾ ਰੋਣ ਕਰਕੇ ਲਾ ਕੇ ਕੈਮਰਾ ਨੈਟ ਤੇ ਰੋਣ ਬੈਜਣਾ ਕਿਉਂ ਰੋਣ ਮੈਣਗੇ ਯਾਰ ਤੁਸੀਂ ਇਕੱ ਪਾਜੀ ਇੰਡੀਆ ਦੇ ਵਿੱਚ ਲੋਕੀ ਐਨੀ ਮਿਹਨਤ ਕਰਦੇ ਨੇ 12 12 14 14 ਘੰਟੇ ਕਚਾਰਦੇ ਨੇ ਪੱਲੇ ਕੁਛ ਨਹੀਂ ਬੰਨਦਾ ਜੀ ਕਮੀਲਦਾਰੀ ਚੀਕਾਂ ਵਾਰਨ ਦੀ ਔਰੇ ਜੀ 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 ਤੁਸੀਂ ਸਾਰਾ ਦੇਖਿਆ ਹੀ ਹੈ ਜੀ ਗਰਾਊਂਡ ਰਿਐਲਿਟੀ ਦੇਖੀ ਹੈ ਤੁਸੀਂ ਕਰਕੇ ਪਰ ਜੇ ਬੰਦਾ ਉੱਥੇ ਜਾ ਕੇ 4 ਸਾਲ ਲਾ ਕੇ 5 ਸਾਲ ਲਾ ਕੇ ਸੈੱਟ ਹੋ ਜਾਂਦਾ ਫੇ ਕਿਹੜੀ ਮਾੜੀ ਗੱਲ ਆ ਯਾਰ ਸਿਰਫ ਬੱਸਾਂ ਫੜਨੀ ਪੈ ਗਈ ਸਿਰ ਉੱਟ ਕੇ ਮਾੜੀ ਗੱਲ ਹੋ ਗਈ ਹੈ ਕੰਮ 'ਤੇ ਜਾਣਾ ਪੈ ਗਿਆ ਮਾੜੀ ਗੱਲ ਹੋ ਗਈ ਜਿਹੜਾ ਮੁੰਡਾ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਜਾ ਕੇ 18ਵੇਂ ਸਾਲ ਤੋਂ ਲੈ ਕੇ 24ਵੇਂ ਸਾਲ ਤੱਕ ਖਿੱਚ ਕੇ ਮਿਹਨਤ ਕਰਦੇਵੇਂ ਨਾ ਜੀ 7ਵੇਂ ਸਾਲ ਦੇ ਵਿੱਚ ਉਹ ਜਿੰਦਗੀ ਨਿਆਰੇ ਨਾ ਕਢਦਾ ਜੀ ਤੇ ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਮੈਂ ਅੱਖੀ ਦੇ ਕੀ ਗੱਲ ਕਰ ਰਿਹਾ ਹੰਡਾਈ ਗੱਲ ਕਰ ਰਿਹਾ ਹੰਡਾਈ ਗੱਲ ਕਰ ਰਹੇ ਜੀ ਮੈਂ ਕਰਾ ਲਓ ਬੈਸ ਇਹਨਾਂ ਕਰਾਉਣੀ ਮੈਂ ਮੈਂ ਸਾਫ਼ ਦੱਸ ਦੂੰਗਾ ਕਿਵੇਂ ਲੋਕ ਕੀ ਸੈੱਟ ਹੁੰਦੇ ਨੇ ਕਿਵੇਂ ਅੱਗੇ ਵੱਧਦੇ ਨੇ ਜੀ ਮੈਂ ਉਹ ਲੋਕਾਂ ਨੂੰ ਵੀ ਜਾਣਦਾ ਜੀ ਜਿਹੜੇ ਰਸ਼ੂਜੀ ਗਏ ਸੀ 1980ਾਂ ਦੇ ਵਿੱਚ ਜੀ ਉਹ ਕਹਿੰਦੇ ਬੇਟੇ ਸਾਡੇ ਕੋ ਪੰਜ ਡਾਲਰ ਸੀਗੇ ਕੋਈ ਸ਼ਿਪਾਂ 'ਚ ਬਹਿ ਕੇ ਆਇਆ ਕੋਈ ਕਿਸੇ ਤਰੀਕੇ ਬਹਿ ਕੇ ਆਇਆ ਅੱਜ ਉਹ ਘੱਟੋ-ਘੱਟ 50 50 ਮਿਲੀਅਨ ਡਾਲਰ ਦੇ ਮਾਲ ਜੀ ਉਹ ਤਾਂ ਕਦੀ ਕੈਮਰੇ ਮੂਰਿਆ ਕੇ ਰੋਈ ਨਹੀਂ ਹੈਗੇ ਰੋਣਾ ਕਿਸੇ ਗੱਲ ਨੂੰ ਨਾਲ ਯਾਰ ਕੰਮ ਤੇ ਵੀਰੇ ਕਰਨਾ ਹੀ ਆਂ ਇੰਡੀਆ ਰੋਟੀ ਜਿਹਨੂੰ ਵਹਿਲੇ ਬੈਠੇ ਇੱਕ ਨਾ ਬੜਾ ਰਜਾਣ ਉੱਥੇ ਹੋ ਗਿਆ ਵੀ ਰਿਵਰਸ ਮਾਈਗ੍ਰੇਸ਼ਨ ਪੰਜਾਬ ਚ ਹੋਈ ਹਾਂ ਬੜਾ ਚੱਲੇ ਜੀ ਜੀਆਂ ਐਨੋਂ ਹੈ ਤੁਹਾਡਾ ਘਰ ਆ ਯਾਰ ਜਦੋਂ ਮਰਜ਼ੀ ਆਓ ਜਾਓ ਹੁਣ ਵਾਪਸ ਤਾਂ ਉਹ ਆਵੇ ਨਾ ਜੀ ਜੀਰੇ ਕੋਲ 10-20 ਕਰੋੜ ਰੁਪਈਆ ਹੈਗਾ ਔਰੇ ਰਹਿਣ ਨੂੰ ਸਹੀ ਆ ਹੁਣ ਜਿਹਦੇ ਕੋਲ ਹੈ ਹੀ ਕੁਛ ਨਹੀਂ ਵਾਪਸ ਕੀ ਕਰੂਗਾ ਕਿਉਂ ਬੜਾ ਵਧੀਆ ਸਿਸਟਮ ਹੈ ਸਾਡਾ ਕੋਈ ਨਹੀਂ ਬਸ ਕੀ ਹੈ ਵੀ 100% ਪਰਫੈਕਟ ਕੁਝ ਨਹੀਂ ਹੁੰਦਾ ਜੇ ਮੈਂ ਕਹਾ ਵੀ 100% ਪਰਫੈਕਟ ਨਹੀਂ ਬਿਲਕੁਲ ਕੁਝ ਚੀਜ਼ਾਂ ਅਨਪਰਫੈਕਟ ਹੁੰਦੀਆਂ ਨੇ ਉਹਨਾਂ ਅਸੈਪਟ ਕਰੋ ਤੇ ਅੱਗੇ ਵਧੋ ਸੋਲੂਸ਼ਨ ਹਰ ਚੀਜ਼ ਦੇ ਹੈਗੇ ਨੇ ਜੀ ਹਮ ਪਰ ਰੋਣ ਦਾ ਸੋਲੂਸ਼ਨ ਕੋਈ ਹੋ ਜੂਗਾ ਜੀ ਮੈਂ ਦੱਸ ਦੋ ਜੇ ਹੈਗਾ ਤਾਂ ਮੈਂ ਮੰਨ ਜੂ ਨਹੀਂ ਹੁੰਦਾ ਅੱਛਾ ਇੱਕ ਜਿਵੇਂ ਇਹਦੇ ਨਾਲ ਹੀ ਜੁੜਦੀ ਗੱਲ ਇਹ ਹੈ ਕਿ ਉੱਥੇ ਕਹਿੰਦੇ ਕਿ ਲੜਕੀਆਂ ਦਾ ਬਹੁਤ ਬੁਰਾ ਹਾਲ ਹੈ ਲੜਕੀਆਂ ਵੈਸ਼ਾ ਵਰਤੀ ਵਾਲੇ ਪਾਸੇ ਲੜਕੀਆਂ ਜਿਹੜੀਆਂ ਉੱਥੇ ਕਾਲ ਗਰਨ ਬੜੀਆਂ ਹੋਈਆਂ ਹੋਈਆਂ ਫੋਨ ਤੇ ਪੰਜਾਬੀ ਲੜਕੀਆਂ ਨੂੰ ਬੁਲਾਉਂਦੇ ਆ ਪੰਜਾਬੀ ਇਹ ਧੰਦਾ ਕਰਦੇ ਨੇ ਧੰਦਾ ਕਰਦੀਆਂ ਪੰਜਾਬੀ ਦੀ ਕਈ ਹੈ ਸਹੀ ਹੈ ਜੀ ਮੇਰੇ ਕੋਲ ਕਿੰਨੇ ਆਏ ਕਹਿੰਦੇ ਯਾਰ ਵੀ ਇੱਥੇ ਕੁੜੀਆਂ ਧੰਦਾ ਕਰਦੀਆਂ ਨੇ ਹਮ ਮੈਂ ਹਰਾਨ ਪਰੇਸ਼ਾਨ ਮੈਂ ਕਹਾ ਯਾਰ ਵੀ ਇਹ ਚਲੋ ਕਿਸੇ ਬਾਰੇ ਦੇਖੋ ਜੀ ਕਿਸੇ ਨੂੰ ਜਜਮੈਂਟ ਨਹੀਂ ਦੇਣੀ ਚਾਹੀਦੀ ਹਮ ਜਿਹੜੀ ਸਭ ਤੋਂ ਮਾੜੀ ਗੱਲ ਆ ਸਹੀ ਹੈ ਕਿਸੇ ਦਾ ਕੈਰੇਕਟਰ ਜਜ ਕਰਨਾ ਮੈਂ ਚਲੋ ਕੋਈ ਗੱਲ ਨਹੀਂ ਹੈਣਾ ਬਾਈ ਜੀ ਮੈਂ ਉਹੀ ਗੱਲ ਆ ਮੈਂ ਅੱਖੀ ਦੇਖੀ ਗੱਲਾਂ ਦੇਖੀਆਂ ਨੇ 10 ਚੋਂ ਜੇ ਇੱਕ ਬੰਦਾ ਮਾੜਾ ਨਿਕਲ ਗਿਆ ਨਾ ਤਾਂ 9 ਮਿਹਨਤੀ ਨੇ ਮੈਂ ਉਹਨਾਂ ਕੁੜੀਆਂ ਨੂੰ ਜਾਣਦਾ ਜਿਹੜੀ ਪੰਜਾਬ ਤੋਂ ਆਪ ਸਟੱਡੀ ਵਿੱਚ ਤੇ ਗਈਆਂ ਮਿਹਨਤ ਕੀਤੀਆਂ ਫੈਕਟਰੀਆਂ ਲਾਈਆਂ ਜੀ ਅੱਜ ਦੇ ਟਾਈਮ 'ਚ ਕੋਈ 에ਅਰ ਕੈਨੇਡਾ 'ਚ ਜੌਬ ਕਰ ਰਹੀ ਹੈ ਜੀ ਕੋਈ ਆਈਟੀ ਕੰਪਨੀ 'ਚ ਕੋਈ ਕਿਸੇ ਕੰਪਨੀ ਦੇ ਵਿੱਚ 1.5 1.5 ਲੱਖ ਡਾਲਰ ਦੀਆਂ ਜੌਬਾਂ ਨੇ ਉਹਨਾਂ ਦੀਆਂ ਜੀ ਜੀ 80 80 ਡਾਲਰ ਇੱਕ ਇੱਕ ਘੰਟੇ ਦੇ ਕਮਾ ਰਿਆ ਨੇ ਇੱਕ ਇੱਕ ਕੁੜੀ ਤਾਂ ਮੈਂ ਇਹ ਵੀ ਜਾਣਦਾ ਵਾਂ ਜਿਹੜੀ 100 ਪਲੱਸ ਡਾਲਰ ਇੱਕ ਘੰਟੇ ਦੇ ਕਮਾ ਰਹੀ ਆ ਉਹ ਆਈਟੀ ਐਕਸਪਰਟ ਆ ਨਾ ਉਹਨੇ ਸੋਸ਼ਲ ਮੀਡੀਆ ਤੇ ਕਦੀ ਫੋਟੋ ਪਾਈ ਆ ਆਪਦੀ ਨਾ ਕਦੀ ਕੋਈ ਸ਼ੋਰ ਕੀਤਾ ਉਹ ਆਪ ਵੀ ਬਾਹਰ ਆਈ ਉਹਨੇ ਆਪਣਾ ਭਰਾ ਬਾਹਰ ਕੱਢਿਆ ਆਪਣੀ ਮੰਮੀ ਜੀ ਨੂੰ ਬਾਹਰ ਲੈ ਗਈ ਜੀ ਹੁਣ ਉਹ ਫੈਮਿਲੀ ਬੜੀ ਸੈੱਟ ਆ ਵਿਆਹ ਕਰਾ ਕੇ ਜ਼ਿੰਦਗੀ ਖੁਸ਼ੀ ਵਾਲੀ ਜੀ ਰਹੀ ਆ ਹੁਣ ਤਾਂ ਕਦੀ ਨਹੀਂ ਬੋਲਿਆ ਕਿ ਜਿਹੜੇ ਹਾਏ ਹਾੜੇ ਸਾਲ ਪੁੱਲੇ ਵਾਪਸ ਆਏ ਨੇ ਉੱਥੇ ਉਹ ਕਹਿੰਦੇ ਜੀ ਮਰ ਗਏ ਜੀ ਲਟ ਗਏ ਜੀ 15 ਡਾਲਰ ਤੇ ਕੰਮ ਕਰਨਾ ਪੈ ਰਿਆ ਬਈ ਸਟਾਰਟ ਤਾਂ ਨੀਵੇਂ ਤੋਂ ਹੀ ਹੁੰਦਾ ਸਾਰਿਆਂ ਦਾ ਥੱਲੇ ਹੁੰਦਾ ਹੈਗਾ ਜੇ ਮੈਂ ਕਹਾ ਨਾ ਜੀ ਮੈਂ 10ਵੀਂ ਪੌੜੀ 'ਚ ਜਾ ਕੇ ਬਹਿ ਜੂਗਾ ਮੈਂ ਡਿੱਗ ਜੂਗਾ ਛੇਤੀ ਪਰ ਮੈਂ 1 ਵਾ 1 ਚੜੂੰਗਾ ਫਿਰ ਮੈਂ ਡਿੱਗਦਾ ਨਹੀਂ ਹੈਗਾ ਇਹ ਚੀਜ਼ ਅਸੈਪਟ ਕਰਨ ਜਿਹੜੀ ਕੁੜੀਆਂ ਚਲੋ ਇੱਕ ਦੋ ਮਾੜੀ ਨਿਕਲ ਗਈਆਂ ਭਰਾਵਾ ਹਨਾ ਉਹ ਤਾਂ ਕਿਤੇ ਵੀ ਹੁੰਦਾ ਉਹ ਸਾਰੇ ਪਾਸੇ ਇੰਡੀਆ ਕਿਹੜਾ ਨਹੀਂ ਹੈਗੇ ਜੀ ਪਰ ਜਿਹੜੀ ਸੱਤ ਕੁੜੀਆਂ ਨੇ ਉਹਨਾਂ ਨੇ ਕਿੰਨਾ ਚੱਕਣ ਚੱਕਿਆ ਜੀ ਕਿੰਨੀ ਮਿਹਨਤ ਕੀਤੀ ਉਹਨਾਂ ਨੇ ਕਰਕੇ ਜੀ ਉਹ ਕੁੜੀਆਂ ਵੀ ਹੈਗੀਆਂ ਨੇ ਜਿਨ੍ਹਾਂ ਨੇ ਮੇਰੇ ਕੋਲ ਕਿੰਨੇ ਕੇਸ ਨੇ ਬਾਈ ਇੱਕ ਨਹੀਂ ਜਿਹੜੀਆਂ ਕੁੜੀਆਂ ਨੂੰ ਕੈਨੇਡਾ 'ਚ ਮਿਲਿਆ ਕੁੜੀਆਂ ਇੰਨੀਆਂ ਪੜ੍ਹੀਆਂ ਲਿਖੀਆਂ ਮੁੰਡਿਆਂ ਨੂੰ ਇੰਗਲਿਸ਼ ਦਾ ਈ ਨਹੀਂ ਆਉਂਦਾ ਉਹ ਮੁੰਡਿਆਂ ਨੂੰ ਨਾਲ ਓਪਨ ਵਰਕ ਪਰਮਿਟ ਤੇ ਲੈ ਕੇ ਆਈਆਂ ਨੇ ਕੰਨੀ ਸਰ ਆਪ ਵੀ ਪੀਆਰ ਹੋਣਾ ਇਹਨੂੰ ਵੀ ਪੀਆਰ ਕਰਾਉਣਾ ਆਪਣੇ ਮੰਮੀ ਜਿਹੜੀ ਤੋਂ ਪਹਿਲਾਂ ਨਾਲ ਜੀ ਉਹਨਾਂ ਨੇ ਮੁੰਡੇ ਦੀ ਮੰਮੀ ਜਿਹੜੀ ਦਾ ਵੀਜ਼ਾ ਲਵਾਇਆ ਹੂੰ ਕੀ ਕੱਲ ਨੂੰ ਮੇਰੇ ਤੇ ਕੋਈ ਇਹ ਗੱਲ ਨਾ ਕਹੇ ਦੇ ਵੀ ਤਾਂ ਇਹ ਵੀ ਮਤਲਬ ਖੋਰ ਹੋ ਗਈ ਹੂੰ ਹੁਣ ਇਹ ਗੱਲਾਂ ਬਹੁਤ ਚੱਲਦੀਆਂ ਨੇ ਇਹ ਗੱਲਾਂ ਬੜੀਆਂ ਆਮ ਨੇ ਜੀ ਬਾਹਰ ਲੈ ਕੇ ਕੁੜੀ ਮੋਕਰ ਕੀ ਕਰਕੇ ਹਨ ਪਰ ਕਿਸੇ ਨੇ ਇਹ ਤਾਂ ਦੱਸਿਆ ਨਹੀਂ ਕਿੰਨੀਆਂ ਕੁੜੀਆਂ ਨੇ ਸਾਥ ਵੀ ਦਿੱਤਾ ਯਾਰ ਇਹੀ ਗੱਲ ਹੈ ਮਤਲਬ ਸਿਰਫ ਨੈਗੇਟਿਵ ਉਹੀ ਗੱਲ ਵੀ ਇਹ ਨੈਗੇਟਿਵ ਨੂੰ ਬਹੁਸ਼ੇ ਦੀ ਚੱਕਦੇ ਆ ਹਨਾ ਮਤਲਬ ਜਿਹੜੀ ਪੋਜ਼ਿਟਿਵਿਟੀ ਨੂੰ ਖਤਮ ਕਰ ਦਿੰਦੇ ਆ ਜੇ ਇੱਕ ਬੰਦਾ ਗਲਤ ਕੰਮ ਕਰ ਗਿਆ ਤਾਂ ਮਤਲਬ ਉਹ ਸਾਰਿਆਂ ਨੂੰ ਉਸੇ ਲਾਈਨ 'ਚ ਖੜਾ ਕਰਦਾ ਸੇਮ ਕੈਟਾਗਰੀ 'ਚ ਕਰਦਾ ਜਿਹਦੇ ਕਰਕੇ ਸਫਰ ਕੋਨ ਕਰਦਾ ਪਿਆ ਕਾਮਨ ਬੰਦੇ ਜੀ ਅੱਜ ਦੇ ਟਾਈਮ ਦੇ ਵਿੱਚ ਲੋਕੀ ਕੁੜੀਆਂ ਤੇ ਪੈਸੇ ਲਾਣੋਂ ਡਰਨ ਲੱਗ ਗਏ ਪਹਿਲਾਂ ਹੁੰਦਾ ਸੀ ਚਲੋ ਰਿਸ਼ਤਾ ਕਰ ਲੈਨੇ ਆ ਕੁੜੀ ਵੀ ਪਹੁੰਚ ਗਈ ਮੁੰਡਾ ਵੀ ਪਹੁੰਚ ਗਿਆ ਸਾਰੇ ਠੀਕ ਨੇ ਉਹੀ ਗੱਲ ਹੈ ਨੈਗੇਟਿਵਿਟੀ ਇੰਨੀ ਕੁ ਸਪਰੈਡ ਹੋ ਗਈ ਚੰਗੇ ਬੰਦੇ ਡਰਨ ਲੱਗ ਗਏ ਵੀ ਸਾਡੇ ਨਾਲ ਇਦਾਂ ਹੋ ਜਾਵੇ ਪਰ ਬਹੁਤ ਬੰਦੇ ਨਹੀਂ ਜਿਹੜਾ ਜਿੰਦਗੀ ਸੈੱਟ ਹੋਈ ਹੈ ਸੈੱਟ ਹੋਈ ਹੈ ਅੱਛਾ ਇੱਕ ਗੱਲ ਹੋਰ ਹੈ ਮੈਂ ਕਾਫੀ ਦੇਖਿਆ ਸੋਸ਼ਲ ਮੀਡੀਆ ਤੇ ਕਹ ਲਈ ਮੀਡੀਆ ਤੇ ਕਹ ਲਈ ਜਾਂ ਮੈਂ ਰਿਐਲਿਟੀ ਜੀ ਵੀ ਦੇਖਿਆ ਭਾਨੇ ਸਿੱਧੂ ਦੇ ਘਰੇ ਮੈਂ ਦੇਖਿਆ ਬਹੁਤ ਲੋਕ ਆਉਂਦੇ ਆ ਮਤਲਬ ਬਹੁਤ ਪਿੰਡ ਦੇ ਆਏ ਵੀ ਏਜੰਟ ਸਾਡੇ ਇਨੇ ਪੈਸੇ ਖਾ ਗਿਆ ਇਸ ਨੇ ਪਰ ਸਾਡੇ ਨਾਲ ਠੱਗੀ ਮਾਰ ਲਈ ਕੋਈ ਭੱਜ ਗਿਆ ਕੋਈ ਸਾਨੂੰ ਮਿਲਦਾ ਨਹੀਂ ਕੋਈ ਇਹ ਬਹੁਤ ਮਤਲਬ ਲੋਕਾਂ ਨੂੰ ਕੀ ਪ੍ਰੋਸਾ ਦੇਖੋ ਮੈਂ ਤੁਹਾਡੇ ਕੋਲੇ ਬੈਠਾ ਮੈਂ ਤੁਹਾਡੇ ਵੀ ਨਹੀਂ ਕਹਿ ਸਕਦਾ ਪਰ ਲੋਕ ਕੀ ਦੇਖਣ ਮੰਨ ਲਓ ਤੁਹਾਡੇ ਕੋਲੇ ਵੀ ਆਉਂਦੇ ਜਾਂ ਕਿਤੇ ਵੀ ਜਾਂਦੇ ਆ ਉਹਨਾਂ ਦਾ ਕਿਤੇ ਵੀ ਵਿਸ਼ਵਾਸ ਹੈ ਉਹ ਉੱਥੇ ਜਾ ਕੇ ਕੀ ਦੇਖਣ ਵੀ ਉਹਨਾਂ ਨੂੰ ਕੀ ਪਤਾ ਲੱਗੇ ਕਿ ਇਹ ਏਜੰਟ ਵਾਕਿਆ ਹੀ ਸਹੀ ਹੈ ਇਹਦੀ ਗੱਲ ਵਾਕਿਆ ਹੀ ਸਹੀ ਹੈ ਇਹਦੇ ਕੋਲੇ ਵਾਕਿਆ ਹੀ ਕੋਈ ਅਥਾਰਟੀ ਹੈ ਇਹ ਕੋਈ ਵਾਕਿਆ ਹੀ ਲੀਗਲ ਤੌਰ ਤੇ ਸਹੀ ਹੈ ਜਾਂ ਮਤਲਬ ਇੱਕ ਹੁਣ ਦਫ਼ਤਰ ਤਾਂ ਸਾਰੇ ਸੋਨਾ ਬਣਾ ਕੇ ਬੈਠ ਜਾਂਦੇ ਆ ਪਰ ਗੱਲ ਇਹ ਹੈ ਵੀ ਉਹਦੇ ਕੋਲੇ ਦੇਖਣ ਕੀ ਜਾ ਕੇ ਸਭ ਤੋਂ ਪਹਿਲਾਂ ਦੇਖਿਆ ਉਹ ਚਾਹ ਲੈ ਸੰਸ ਜੀ ਜਿਵੇਂ ਮੈਂ ਕੈਨੇਡਾ ਸਰਕਾਰ ਤੋਂ ਉੱਥੇ ਪੜ ਕੇ ਆਇਆ ਮੈਂ ਕੈਨੇਡਾ ਸਰਕਾਰ ਤੋਂ ਅਪਰੂਵਡ ਜੀ ਕੈਨੇਡਾ ਸਰਕਾਰ ਬਾਇਲਾ ਕੀ ਕਹਿੰਦੀ ਆ ਵੀ ਤੁਸੀਂ ਉਸ ਬੰਦੇ ਕੋਲੋਂ ਆਪਣੀ ਫਾਈਲ ਅਪਲਾਈ ਕਰਾਓ ਜਿਹੜਾ CICIC ਦਾ ਮੈਂਬਰ ਹੋਵੇ RCIC ਹੋਵੇ ਇਹਦੀ ਫੁੱਲ ਫਾਰਮ ਆ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਠੀਕ ਹੈ ਜੀ ਠੀਕ ਹੈ ਜੀ ਜੇ ਮੇਰਾ ਲਾਇਸੈਂਸ ਨੰਬਰ R706800 ਹੋਵੇ ਜਾਂ ਫਿਰ ਉਹ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਲਾਇਰ ਹੋਵੇ ਉਹਦਾ ਲਾਇਸੈਂਸ ਹੁੰਦਾ ਜੀ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਕੈਨੇਡੀਅਨ ਲਾਇਸੈਂਸ ਦੇਖੋ ਜਿਹਦੇ ਨਾਲ ਉਹਨੇ ਤੁਹਾਡਾ ਵੀਜ਼ਾ ਅਪਲਾਈ ਕਰਨਾ ਜੀ ਫਿਰ ਉਹਨੂੰ ਪੁੱਛੋ ਵੀ ਤੁਹਾਡੀ ਇਸ ਫੀਲਡ ਦੇ ਵਿੱਚ ਕੀ ਐਕਸਪਰਟਾਈਜ਼ ਹੈਗੀ ਆ ਤੁਸੀਂ ਪਹਿਲਾਂ ਕਿੰਨੇ ਵੀਜ਼ੇ ਲਵਾਏ ਨੇ ਉਹਦਾ ਸੋਸ਼ਲ ਮੀਡੀਆ ਚੈੱਕ ਕਰੋ ਵੀ ਉਹ ਕੰਪਨੀ ਆਥਰਾਇਜ਼ਡ ਹੈਗੀ ਆ ਹੁਣ ਅਸੀਂ ਨਾ ਲਾ ਦੇ ਨਾ ਬੰਨੇ ਹੋਈਆਂ ਹਮ ਕੈਨੇਡਾ ਸਰਕਾਰ ਦੇ ਵੀ ਪੰਜਾਬ ਸਰਕਾਰ ਦੇ ਵੀ ਤਾਂ ਅਸੀਂ ਮਤਲਬ ਵੀ ਪਹਿਲੀ ਗੱਲ ਸਾਡੀ ਕੋਈ ਚਾਹਤ ਨਹੀਂ ਹੈਗੀ ਕਿਸੇ ਨਾਲ ਮੜਾ ਕਰਨ ਦੀ ਤੇ ਦੂਜਾ ਪੰਜਾਬੀ ਕਿ ਜੇ ਚਾਹ ਵੀ ਹੁੰਦਾ ਤਾਂ ਵੀ ਡਰ ਲੱਗਦਾ ਵੀ ਨਹੀਂ ਯਾਰ ਵੀ ਕਾਨੂੰਨ ਦਾ ਡੰਡਾ ਸਿਰ ਤੇ ਬੈਠਿਆ ਹੋਇਆ ਉਹ ਕੰਮ ਨਹੀਂ ਕਰਨਾ ਲਸਾਂਸ ਤੋਂ ਬੜਾ ਔਖਾ ਮਿਲਿਆ ਕਿਸੇ ਨਾਲ ਮਾੜਾ ਨਹੀਂ ਕਰਨਾ ਸਭ ਤੋਂ ਪਹਿਲਾਂ ਤਾਂ ਆ ਦੇਖੋ ਦੂਜੀ ਗੱਲ ਇਹ ਪੈਕੇਜਾਂ ਤੋਂ ਬਚੋ ਹੁਣ ਸਟੱਡੀ ਵੀ ਜਿਹੜੇ ਵਾਲੇ ਦੇ ਜੀ ਹਾਂ 700 ਬੱਚਾ ਰਿਪੋਰਟ ਦਾ ਰੌਲਾ ਚੱਲਿਆ ਕੈਨੇਡਾ ਬਿਲਕੁਲ ਬਿਲਕੁਲ ਧਰਨੇ ਲੱਗੇ ਉੱਥੇ ਬੁਰਾ ਹਾਲ ਬਣਾ 700 ਪਿੱਛੇ ਤੁਸੀਂ ਤਿੰਨ ਤਿੰਨ ਫੈਮਿਲੀ ਮੈਂਬਰ ਲਾ ਲਓ ਬਿਲਕੁਲ 2100 ਲੋਕੀ ਡੇਂਜਰ ਦੇ ਵਿੱਚ ਆ ਗਏ ਜੀ 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 ਜਦੋਂ ਇਨਕੁਆਰੀਆਂ ਚੱਲੀਆਂ ਫੇਰ ਪਤਾ ਲੱਗਿਆ ਕਹਿੰਦੇ ਇਹ ਤਾਂ ਪੈਕੇਜ ਵਾਲੇ ਬੱਚੇ ਨੇ ਪੈਕੇਜ ਵਾਲੇ ਮੱਲਵ ਕੀ ਬਾਈ ਜੀ ਪਾਸਪੋਰਟ ਫੜਾ ਦੋ ਸਾਰਾ ਕੁਝ ਏਜੰਟਾ ਪੀ ਬਣਾ ਲੂਗਾ ਐਜੂਕੇਸ਼ਨ ਆਇਲੈਂਡਸ ਵਗੈਰਾ ਜਿਹੜਾ ਕੰਮ ਲਾ ਲੋ ਵੀ 20 ਬਾਈ ਲੱਖ ਚ ਹੋਣਾ ਉਹ 40 42 ਲੱਖ ਦੇ ਕੇ ਛੋਟੇ ਜੀ ਬਾਅਦ ਚ ਡੈਪੋਟੇਸ਼ਨ ਦੀ ਤਲਵਾਰ ਵੱਖਰੀ ਲੜਕੀ ਕਦੀ ਵੀ ਸਟਡੀ ਵੀਜਾ ਦੇ ਪੈਕੇਜ ਵਾਲੇ ਕੰਮ ਨਾ ਕਰੋ ਜੀ ਠੀਕ ਹੈ ਕਦੀ ਵੀ ਨਾ ਕਰੋ ਉਹਨੂੰ ਪੁੱਛ ਯਾਰ ਕਾਲਜ ਦੀ ਫੀਸ ਭਰਨੀ ਆ ਸੀ ਭਰ ਦਾਂਗੇ ਜਿਹੜੇ ਤੇਰੇ ਚਾਰਜੇਸ ਨੇ ਤੂੰ ਵੱਖਰੇ ਲੈ ਲੈ ਫਾਈਲਿੰਗ ਕਰਕੇ ਇੱਕ ਉਹ ਜਿਹੜਾ ਪੰਜਾਬ ਦੇ ਕਲਚਰ ਦਿਖਾਇਆ ਨਾ ਫਰੀ ਚ ਫਾਈਲ ਲਵਾਓ ਹਾਂ ਬਹੁਤ ਹੈ ਜੀ ਇਸ ਦੁਨੀਆ ਦੇ ਵਿੱਚ ਫਰੀ ਸਿਰਫ ਮੰਮੀ ਦਾ ਪਿਆਰ ਮਿਲਦਾ ਹਮਮ ਹੋਰ ਕੁਝ ਫਰੀ ਨਹੀਂ ਹੈਗਾ ਵਾ ਹਰ ਚੀਜ਼ ਦੀ ਪ੍ਰਾਈਸ ਆ ਜੇ ਆਪਾਂ ਡਾਕਟਰ ਕੋਲ ਜਾਨਣ ਨੂੰ ਫੀਸ ਦੇ ਕੇ ਆਉਣੀ ਬਿਲਕੁਲ ਵਕੀਲ ਕੋ ਜਾਨਣ ਨੂੰ ਫੀਸ ਦੇ ਕੇ ਆਉਣੀ ਐ ਇਦਾਂ ਹੀ ਕੰਸਲਟੈਂਟ ਦੀ ਵੀ ਫੀਸ ਆਉਂਦੀ ਐ ਮਤਲਬ ਉਹਦਾ ਮਤਲਬ ਹੁਣ ਤੁਸੀਂ ਇੱਕ ਐਗਜ਼ਾਮਪਲ ਰੱਖ ਲਓ ਵੀ ਉਹ ਕਿਤੇ ਚੰਗੇ ਸ਼ਹਿਰ ਦੇ ਵਿੱਚ ਉਹਨੇ ਦਫ਼ਤਰ ਲਿਆ ਲੱਖਾਂ ਰੁਪਏ ਉਹਦਾ ਖਰਚਾ ਉਹ ਤੁਹਾਡਾ ਫਰੀ ਚ ਕੰਮ ਕਿਵੇਂ ਕਰ ਦੂਗਾ ਇਹ ਖਰਚਾ ਕਿੱਥੋਂ ਸੱਡੂਗਾ ਇੱਕ ਨਾ ਹੋਰ ਪੰਜਾਬ ਚ ਰੁਝਾਨ ਚਲਾਇਆ ਜਾਂਦਾ ਵੀ ਲੋਕਾਂ ਦਿਖਾਣ ਵਾਸਤੇ ਸਾਨੂੰ ਤਾਂ ਕਾਲਜ ਵੱਲੋਂ ਆ ਜਾਣੇ ਨੇ ਜੀ ਮੈਂ 온 ਸਕਰੀਨ ਦੱਸ ਦਿੰਨਾ ਵੀ ਜਿਹੜੇ ਤੁਹਾਨੂੰ ਕਹਿੰਦੇ ਸਾਨੂੰ ਕਾਲਜ ਤੋਂ ਕਮਿਸ਼ਨ ਮਿਲਣੀ ਆ ਉਹ ਸਿਰਫ ਪ੍ਰਾਈਵੇਟ ਕਾਲਜ ਹੁੰਦੇ ਨੇ ਜਿਹਨਾਂ ਦੇ ਵਰਕ ਪਰਮਿਟ ਨਹੀਂ ਮਿਲਦੇ ਉਹ ਮੋਟੇ ਮੋਟੇ ਕਮਿਸ਼ਨਾਂ ਏਜੰਟਾਂ ਨੂੰ ਦਿੰਦੇ ਨੇ ਜਿਹੜੇ ਚੰਗੇ ਕਾਲਜ ਨੇ ਨਾ ਕਮਿਸ਼ਨ ਆਫਰ ਕਰਦੇ ਨੇ ਉਹ 2-4% ਕਰਦੇ ਆ ਫਿਰ ਉਹ ਵੀ ਉਹ 1.5 ਸਾਲ 'ਚ ਦਿੰਦੇ ਆ ਜੀ ਸੋ ਇੱਥੇ ਤੁਸੀਂ ਬਚ ਕੇ ਰਹਿਣਾ ਕੰਸਲਟੈਂਟ ਨੂੰ ਪਹਿਲਾਂ ਕਹੋ ਭਾਈ ਤੂੰ ਜਿਹੜੀ ਤਰੀਕੀ ਫੀਸ ਲੈ ਲਾ ਕਰਕੇ ਜਿੱਥੇ ਤੁਸੀਂ ਭਾਈ ਦੇਖੋ ਭਾਈ 22 25 ਲੱਖ ਰੁਪਏ ਲਾ ਰਹੀ ਹੋ ਤੁਹਾਨੂੰ 50000 ਫੀਸ ਇਹਦੇ ਨਹੀਂ ਜੁਬਣਾ ਚਾਹੀਦਾ ਜਿਹੜੀ ਕੰਸਲਟੈਂਟ ਦਾ ਹੱਕ ਵੀ ਹੈਗਾ ਪਰ ਤੁਹਾਨੂੰ ਇੰਨੀ ਅਕਲ ਆਪ ਹੋਣੀ ਚਾਹੀਦੀ ਵੀ ਅਸੀਂ ਫਾਈਲ ਲਵਾ ਕੇ ਤੁਰੇ ਹਾਂ ਲਾਈਸੈਂਸ ਹੈਗਾ ਇਹਦੇ ਕੋਲ ਸਭ ਤੋਂ ਵੱਡੀ ਗੱਲ ਲਾਈਸੈਂਸ ਚੈੱਕ ਕਰ ਲਓ ਕੈਨੇਡਾ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਵੀ ਮੇਰੇ ਵਾਰ ਚੈੱਕ ਕਰਦੇ ਮੇਰਾ ਉੱਥੇ ਨਿਕਲ ਕੇ ਆ ਜਾਊਗਾ ਜਸੀਰਤ ਸਿੰਘ ਸੋਹਲ R706800 ਮੇਰੀ ਕੰਪਨੀ ਦਾ ਨਾਮ AWAਸੀ ਇਮੀਗ੍ਰੇਸ਼ਨ ਸਰਵਿਸਿਜ਼ ਤੇ ਇਹ ਐਕਟਿਵ ਹੈ ਮਤਲਬ ਕਿ ਮੈਂ ਪ੍ਰੈਕਟਿਸ ਲਈ ਆਥਰਾਇਜ਼ ਹਾਂ ਇਹ ਜਿੰਨਾਂ ਛੋਟੀਆਂ ਛੋਟੀਆਂ ਬਰੀਕੀ ਵਾਲੀਆਂ ਹੁੰਦੀਆਂ ਨੇ ਬਹੁਤ ਕੁਝ ਹੈਗਾ ਵਾ ਪਰ ਇੰਨਾ ਹੋਮਵਰਕ ਚਲੋ ਸਾਡੇ ਪਿੰਡ ਵਾਲੇ ਬਹੁਤ ਸਤਿਕਾਰਯੋਗ ਨੇ ਇੱਕ ਤਾਂ ਭਾਈ ਤੁਸੀਂ ਰੈਫਰੈਂਸਾਂ ਜਣਾ ਫਸਿਆ ਕਰੋ ਇਹ ਬਹੁਤ ਚੱਕਰ ਹੁੰਦਾ ਵੀ ਸਾਨੂੰ ਫੜੇ ਮੈਂ ਨਾ ਇੱਕ ਮਠਿੰਡੇ ਇੱਕ ਖਬਰ ਕੀਤੀ ਇੱਕ ਇਸ ਤਰੀਕੇ ਨਾਲ ਹੀ ਹੋਇਆ ਉਹ ਤੇ ਧਾਰਨਾ ਵੀ ਲੱਗਿਆ ਹੋਇਆ ਹੈ ਉਹ ਕਹਿੰਦੇ ਵੀ ਸਾਡੇ ਤਾਂ ਰਿਸ਼ਤੇਦਾਰ ਵੀ ਨਾਲ ਮਿਲੇ ਵੇ ਸੀ ਇਹਨਾਂ ਦੇ ਉਹ ਨਾਲ ਹੀ ਲੈ ਜਾ ਕਰਨ ਵੀ ਕੋਈ ਨਹੀਂ ਇਹ ਤਾਂ ਫੈਲਵਾਵਾਂਗੇ ਤੇਰੀ ਕਹਿੰਦੇ ਵਿੱਚ ਹੀ ਉਹਦਾ ਕਮਿਸ਼ਨ ਸੀ ਚਲੋ ਮੈਂ ਤੁਹਾਨੂੰ ਦੱਸਦਾ ਹੈਡੇ ਕੋ ਕੇਸ ਆਇਆ ਕਿ ਗਲਤੀ ਕਰਦਾ ਕੁਛ ਏਜੰਟ ਕੋ ਬੰਦਾ ਵਸਿਆ ਹੋਇਆ ਜੀ ਉਹ ਕਹਿੰਦਾ ਭਾਜੀ ਮੈਂ ਆਪਣਾ 8 ਲੱਖ ਰੁਪਏ ਨੂੰ ਇੰਗਲੈਂਡ ਦੇ ਵੀਜ਼ੇ ਵਾਸਤੇ ਦਿੱਤਾ ਸੀਗਾ ਬੰਦੇ ਨੂੰ ਮੈਂ ਕਿਹਾ ਉਹ ਤੋਂ ਬਾਹਰ ਕਹਿੰਦਾ ਫਿਰ ਇਹ ਏਜੰਟ ਕਹਿੰਦਾ ਵੀ ਤੂੰ ਨਾ ਆਪਣੇ ਹੋਰ ਕੇਸ ਲੈ ਕੇ ਆ ਤੈਨੂੰ 25000 ਰੁਪਏ ਮੈਂ ਕੇਸ ਦਊਂਗਾ ਕਹਿੰਦਾ 8 ਲੱਖ ਮੈਂ ਆਪਣਾ ਦਾ ਆਪਣਾ ਸੀਗਾ ਨਾ ਪਿੰਡ ਦੇ 6 ਬੰਦੇ ਜਾ ਕੇ ਲੈ ਗਏ ਉਹਦੇ ਕੋਲ ਕਹਿੰਦਾ ਅੜਸੀ ਗੱਲ ਨਾ ਬਣ ਕੇ ਦੇਖ ਲਓ ਤੁਸੀਂ 48 ਲੱਖ ਰੁਪਏ ਜੈਂਟ ਕੋ ਫਸਿਆ ਨਾ ਕਹਿੰਦਾ 25000 ਵੀ ਨਹੀਂ ਮਿਲਿਆ ਉਹਨੂੰ ਕਹਿੰਦਾ ਹੁਣ ਪਰਚਾ ਉਹਦੇ ਦੇ ਕੱਟ ਰਿਹਾ ਪਿੰਡ ਵਾਲੇ ਉਹਨੂੰ ਤੰਗ ਕਰਦੇ ਪਏ ਸਾਡੇ ਪੈਸੇ ਲਿਆ ਕਿਤੇ ਬਰਲ ਕੰਪਨੀ ਵਾਲਾ ਕੰਮ ਹੋ ਗਿਆ ਮਤਲਬ ਹੁਣ ਕੀ ਹੋ ਗਿਆ ਵੀ ਮੈਂ ਵੀ ਹਰ ਬੰਦਾ ਕਹਿੰਦਾ ਵੀ ਈਜ਼ੀ ਮਨੀ ਹੈ ਇਹ ਈਜ਼ੀ ਮਨੀ ਨਹੀਂ ਹੈਗੀ ਬੜੀ ਰਿਸਪੌਂਸਿਬਿਲਟੀ ਵਾਲਾ ਕੰਮ ਆ ਜੀ ਇਹ ਚ ਕਾਨੂੰਨ ਦੀ ਇਨਵੋਲਵਮੈਂਟ ਹੈਗੀ ਆ ਕਹੇਦੇ ਫਿਊਚਰ ਦੀ ਇਨਵੋਲਵਮੈਂਟ ਆ ਪੈਸਾ ਵੀ ਚਲੋ ਖਾਧੀ ਕੜੀ ਜੀ ਲੱਖ ਦੋ ਲੱਖ ਰੁਪਈਆ ਵਾ ਬੰਦਾ ਸਾਰੀ ਉਮਰ ਫੇਰ ਹੁਣ ਮੈਂ ਕਿੰਨੇ ਕੇਸ ਦੇਖਦਾ ਭਾਜੀ ਉਹ ਕੇਸ ਵਰਕ ਪਰਮਿਟ ਲਈ ਬਹੁਤ ਪਰਫੈਕਟ ਹੁੰਦੇ ਆ ਠੀਕ ਹੈ ਜੀ ਪਰ ਉਹ ਮਾਰੇ ਜਾਂਦੇ ਨੇ ਪੈਕੇਜ ਦੇ ਵਿੱਚ ਉਹ ਕਹਿੰਦੇ ਜੀ 20 ਲੱਖ ਰੁਪਏ ਦੇ ਕੇ ਅਸੀਂ ਵੈਕਟਰ ਵੀਜ਼ਾ ਦਾ ਪੈਕੇਜ ਕੀਤਾ ਸੀਗਾ ਅਸੀਂ ਕਹਲਾ ਪਾਸਪੋਰਟ ਫੜਾ ਕੇ ਆਗੇ ਸੀ ਉਹਨੇ ਕੀ ਕੀਤਾ ਟੈਕਸੀ ਡਰਾਈਵਰ ਨੂੰ ਵਕੀਲ ਬਣਾਤਾ ਜਿਹੜਾ ਅਨਪੜ੍ਹ ਸੀਗਾ ਉਹਨੂੰ ਚਾਰਟਡ ਅਕਾਊਂਟੈਂਟ ਬਣਾਤਾ ਏਦਾਂ ਦੇ ਕੇਸ ਮੈਨੂੰ ਕੈਨੇਡਾ 'ਚ ਬਹੁਤ ਮਿਲਦੇ ਨੇ ਆ ਕੇ ਜੀ ਇੱਥੋਂ ਸਾਨੂੰ ਬਚਨ ਦੀ ਲੋੜ ਆ ਦੇਖੋ ਪੈਸੇ ਦੇ ਕੇ ਕੰਮ ਕਰਾਉਣਾ ਆਪਾਂ ਕਿਸੇ ਨੂੰ ਫ੍ਰੀ ਚ ਕੰਮ ਨਹੀਂ ਨਾ ਕਰਾਉਣਾ ਪਰ ਥੋੜੀ-ਬਹੁਤ ਜਾਣਕਾਰੀ ਤਾਂ ਆਪ ਵੀ ਅਖੀਰ ਹੀ ਹੁੰਦੀ ਹੈ ਕਰਕੇ ਯਾਰ ਪਰਵਾਸ ਤਾਂ ਸਾਬਣੇ ਕਰਨਾ ਬਟ ਐਜੂਕੇਟਿਡ ਬੰਦੇ ਨਾਲ ਕੰਮ ਕਰੋ ਉਹਦੇ ਨਾਲ ਕੰਮ ਕਰੋ ਜਿਹਦਾ ਕੋਈ ਵਜੂਦ ਹੈਗਾ ਉਹਦਾ ਨਹੀਂ ਜਿਹੜਾ ਹੁਣ ਕੱਲ ਮੈਨੂੰ ਫੋਨ ਆਇਆ ਅੰਬਰਸ਼ਰ ਦੇ ਵਿੱਚੋਂ ਕਿਸੇ ਦਾ ਕਹਿੰਦੇ ਬਾਈ ਅਸੀਂ ਕਿਸੇ ਨੂੰ 20 ਲੱਖ ਫੜਾਤਾ ਉਹ ਕਹਿੰਦੇ ਮੈਡਮ ਸ਼ਟਰ ਛੁੱਟ ਕੇ ਭੱਜ ਗਈ ਕੀ ਕਰਾਂਗੇ ਤੁਸੀਂ ਕਰਕੇ ਵੀ ਇਜ਼ੀ ਟਰੈਪ ਚ ਨਾ ਫਸਿਆ ਕਰੋ ਤਰੀਕੇ ਨਾਲ ਚੱਲੋ ਬਹੁਤ ਕੁਝ ਹੈਗਾ ਵਾ ਬੜਾ ਇਲੀਗਲ ਵੇ ਨੇ ਪ੍ਰਵਾਸ ਕਰਨ ਦੇ ਜੀ ਹੂੰ ਹੁਣ ਕਿਸੇ ਦਾ ਫੋਨ ਆਇਆ ਕਹਿੰਦਾ ਜੀ ਅਸੀਂ 45 ਲੱਖ ਰੁਪਏ ਦੇ ਕੇ ਮੁੰਡਾ ਡਾਂਕੀ ਦੇ ਭੇਜਿਆ ਸੀਗਾ ਜੀ ਅਮਰੀਕਾ ਨੂੰ ਡਾਂਕੀ ਲੱਗਦੀ ਆ ਹਾਂ ਬਿਲਕੁਲ ਕਹਿੰਦੇ ਮੁੰਡਾ ਕਿਤੇ ਮੈਕਸੀਕੋ ਜਾ ਕੇ ਸਟਕ ਹੋ ਗਿਆ ਉਹ ਤੰਗ ਕਰਦੇ ਪਏ ਨੇ ਉੱਥੇ ਹੁਣ ਇਹ ਵੀ ਬੜਾ ਡਰ ਜਾਂ ਚੱਲਿਆ ਹੋਇਆ ਬਹੁਤ ਜ਼ਿਆਦਾ ਖਾਸ ਕਰਕੇ ਮਾਝੇ ਤੇ ਬਹੁਤ ਵੱਡੇ ਪੱਧਰ ਤੇ ਆ ਤੇ ਲੋਕਾਂ ਨੂੰ ਅੱਜ ਵੀ ਨਹੀਂ ਪਤਾ ਵੀ ਲੋਕੀ ਇੰਡੀਆ ਤੋਂ ਵੀ ਕੈਨੇਡਾ ਵਰਕ ਪਰਮਿਟ ਤੇ ਜਾ ਸ ਰਹੇ ਨੇ 4-4 ਬੈਂਡ ਲੈ ਕੇ ਚਾਰ ਬੈਂਡ ਤੇ ਚਾਰ ਬੈਂਡ ਤੇ ਮੈਂ ਬਈ ਬਹੁਤ ਮੁੰਡੇ ਭੇਜੇ ਨੇ ਉਹ ਕਿਵੇਂ ਬਈ ਬਹੁਤ ਕੈਟੇਗਰੀਆਂ ਨੇ ਜੀ ਜੀ ਰੈਸਟੋਰੈਂਟ ਚਲ ਜਓ ਫਟੇਲ ਚਲ ਜਓ ਤੁਸੀਂ ਉਹ ਤੋਂ ਬਸ ਸਕਿਲਡ ਦੇ ਵਿੱਚ ਚਲ ਜਓ ਹਮ ਸਾਡੇ ਨਾਲ ਮਿਲੋ ਇੱਕ ਵਾਰੀ ਕਰਕੇ ਤੁਹ ਸਾਰਾ ਦੱਸਾਂਗੇ ਵੀ ਆਹ ਤਰੀਕੇ ਨੇ ਤੁਸੀਂ ਇਦਾਂ ਜਾ ਸਕਦੇ ਹੋ ਨਾਲੇ ਸਿੱਧਾ ਉਰ ਦੇ ਜਹਾਜ਼ ਦਿੱਲੀ ਨੂੰ ਬੈਠੋਗੇ ਜਾਂ ਟ੍ਰਾਂਟੋ ਜਾ ਕੇ ਉਤਰੋਗੇ ਕੋਈ ਰਿਸਕ ਨਹੀਂ ਆ ਚਾਰ ਬੈਂਡ ਤੇ ਵੀ ਚਾਰ ਬੈਂਡ ਤੇ ਭਾਈ ਮੈਂ ਤੁਹਾਡੇ ਕੋਲ ਸੁਣਿਆ ਭਾਜੀ ਮੇਰਾ ਸੋਸ਼ਲ ਮੀਡੀਆ ਚੈੱਕ ਕਰ ਲਓ ਜੀ ਅਸੀਂ ਵੀਡੀਓ ਬਣਾਵਣਾ ਹੋਰ ਤਾਂ ਹੋਰ ਜਿਹੜੇ ਮੁੰਡੇ ਉੱਥੇ ਮੇਰੇ ਬ੍ਰੈਂਟਨ ਆਫਿਸ ਜਾ ਕੇ ਵੀਡੀਓ ਬਣਾ ਕੇ ਗਏ ਨੇ ਜੀ ਤੇ ਉਹ ਮੁੰਡਾ ਨੇ ਮੈਨਰੇਟ ਤੇ ਮਿਲਿਆ ਸੀ ਹੋਰ ਤੁਹਾਨੂੰ ਦੱਸਦਾ ਕਰ ਜੀ ਉਹ ਮੇਰੇ ਕੋਲ ਪਟਿਆਲੇ ਦੇ ਆਫਿਸ ਆਏ ਕੈਨੇਡਾ ਐ ਉਹਨਾਂ ਨੇ ਗੱਲਬਾਤ ਕੀਤੀ ਬ੍ਰਿੰਟਨ ਆਫਿਸ ਤੋਂੜਾ ਹੁਣ ਵੀ ਚੱਲ ਰਿਹਾ ਉੱਥੇ ਮੇਰਾ ਚੱਲਦਾ ਪਈ ਜੀ ਮੇਰੇ 파ਰਟਨਰ ਉੱਥੇ ਬੈਠੇ ਨੇ ਠੀਕ ਐ ਬਈ ਸਾਡੀ ਟੀਮ ਪ੍ਰੋਪਰ ਬਣੀ ਹੋਈ ਆ ਅਸੀਂ ਘੱਟੋ ਘੱਟ 15 20 ਜਣੇ ਕੰਮ ਕਰਦੇ ਆ ਕੈਨੇਡਾ ਤੇ ਉਰੇ ਅਸੀਂ ਪਹਿਲੀ ਗੱਲ ਕਿਸੇ ਨਾਲ ਝੂਠ ਨਹੀਂ ਬੋਲਦੇ ਹੂੰ ਜਿੱਦਾਂ ਵੀ ਜੇ ਲੱਗਦਾ ਨਾਲ ਸਾਫ਼ ਦੱਸਦੇ ਆ ਵੀ ਭਾਈ ਇਦਾਂ ਤਰ੍ਹਾਂ ਕੰਮ ਹੋਊਗਾ ਤੋ ਇਹ ਤਰੀਕੇ ਦੇ ਕੈਨੇਡਾ ਜਾ ਸਕਦਾ ਆ ਤੇਰੇ ਕੋਲ ਪਾਸ ਵੀ ਹੈਗੀ ਆ ਪਰ ਗੇਨ ਉਹੀ ਗੱਲ ਆ ਵੀ ਇਹ ਕਮਿਊਨੀਕੇਸ਼ਨ ਕਰਨੀ ਹੀ ਪੈਂਦੀ ਤੁਹਾਨੂੰ ਉਰੇ ਆਫਿਸ ਆਉਣਾ ਪੈਣਾ ਹੁਣ ਇੱਕ ਹੋਰ ਬੜੀ ਵੱਡੀ ਗੱਲ ਹੁੰਦੀ ਮੈਂਨਾਂ ਕਹਿੰਦੇ ਬਈ ਸਾਨੂੰ ਫੋਨ ਤੇ ਦੱਸੋ ਸਾਰਾ ਕੁਝ ਹਾਂਜੀ ਇਹ ਵੀ ਕਹਿੰਦੇ ਫੋਨ ਤੇ ਨਹੀਂ ਦੱਸਿਆ ਜਾਂਦਾ ਹੁੰਦਾ ਕਾਫੀ ਚੀਜ਼ਾਂ ਨੇ ਹੁਣ ਤੁਸੀਂ ਕਹੋ ਮੈਂ ਤੁਸੀਂ ਆਓਗੇ ਮੈਂ ਪੁੱਛੂੰਗਾ ਬਈ ਇਹ ਠੀਕ ਆ ਇਹ ਕੀਤਾ ਸੀ ਪਹਿਲਾਂ ਕੋਈ ਇਹ ਰਿਫਿਊਜ਼ਲ ਹੈਗੀ ਜਾਂ ਨਹੀਂ ਹੈਗੀ ਪਹਿਲਾਂ ਕਿਸੇ ਕੰਟਰੀ ਨੂੰ ਰਿਪੋਰਟ ਹੋਇਆ ਕਿ ਨਹੀਂ ਹੈਗੀ ਪਹਿਲਾਂ ਕਿਤੇ ਕੋਈ ਕ੍ਰਿਮੀਨਲ ਐਕਟੀਵਿਟੀ ਹੈਗੀ ਨਹੀਂ ਹੈਗੀ ਸੌ ਬਰੀਕੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਬਣੀ ਬਹੁਤ ਖੁਸ਼ ਆ ਜੀ ਹਮ ਬਸ ਇਹ ਗੱਲ ਕੀ ਹੈ ਵੀ ਤੁਹਾਨੂੰ ਰਾਈਟ ਬੰਦੇ ਮਿਲਣੇ ਚਾਹੀਦੇ ਨੇ ਰਾਈਟ ਏਜੰਟ ਮਿਲਣਾ ਚਾਹੀਦਾ ਵਾ ਬਟ ਹੁੰਦੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਪੰਜਾਬ ਚ ਬਹੁਤ ਘੱਟ ਅੱਜ ਦੇ ਟਾਈਮ ਦੇ ਵੈਜੀਡੇ ਲਾਈਸੈਂਸਡ ਬੰਦੇ ਨੇ ਨਾ ਕੈਨੇਡੀਅਨ ਸਰਕਾਰ ਵੱਲੋਂ ਪੰਜਾਬ ਚ ਬੜੇ ਲਿਮਟਿਡ ਨੇ ਜੀ ਤੇ ਮਤਲਬ ਉ ਤਾਂ ਕਿਰੀਆਣੇ ਦੀ ਦੁਕਾਨਾ ਵਾਂਗੂ ਕੰਮ ਹੋਇਆ ਪਿਆ ਹੁਣ ਕੀ ਹੋਇਆ ਪਿਆ ਮੈਂ ਕਹਿਣਾ ਚਾਹੁੰਦਾ ਫਾਰ ਐਗਜ਼ਾਮਪਲ ਜੀ ਮੇਰੇ ਕੋਲ ਕੋਈ ਬੰਦਾ 2 ਸਾਲ ਲਾ ਗਿਆ ਹੁਣੇ ਬਿਨਾ ਪੜੇ ਜਾ ਕੇ ਦਫਤਰ ਆਪਣਾ ਖੋਲ੍ਹ ਲਿਆ ਕਰਕੇ ਮੈਂ ਤੁਹੇ 2 ਸਾਲ ਦੀ ਗੱਲ ਕਰਦਾ ਮੈਨੂੰ ਤੁਹਾਡੀ ਉਹ ਗੱਲ ਆ ਵੀ ਜਿਹੜਾ ਉਹ ਕਹਿੰਦਾ ਸੀ ਕਿ ਪੰਛੀ ਵੀਜੇ ਲਵਾ ਦੇ ਤੈਨੂੰ 25-25000 ਦਿਆਂਗਾ ਮੈਂ ਤੇ ਵੀ ਉਹ ਪਾਜੀ ਨੇ ਪੰਛੀ ਆਪ ਲਵਾ ਤੀ ਨਾਲ ਜਾ ਕੇ ਲਵਾ ਤੇ ਉਹ ਵੀ ਹੋਰ ਲੈਂਦਾ ਕਿ ਉਹ ਵੀ ਹੋਰ ਲੈਂਦਾ ਕਰਕੇ ਜੀ ਇਹ ਨਾ ਬੜਾ ਕੁਸ਼ ਹੈ ਜੀ ਮਤਲਬ ਉਹੀ ਗੱਲ ਆ ਵੀ ਜਦੋਂ ਅਸੀਂ ਕੰਮ ਸ਼ੁਰੂ ਕਰਦੇ ਪੜਾਈ ਤੋਂ ਮਾਰ ਸੀ ਪਹਿਲੇ ਗੱਲ ਲਿਖੀ ਜੀ ਬਈ ਪੈਸਾ ਸੈਕੰਡਰੀ ਆ ਲੋਕਾਂ ਦੀ ਜ਼ਿੰਦਗੀ ਪਹਿਲਾਂ ਪਰ ਮਾਤਾ ਮਾਂ ਨੇ ਬੜੀ ਹਿੰਮਤ ਦਿੱਤੀ ਆ ਜੀ ਜਦੋਂ ਸੀ ਕੈਨੇਡਾ ਗਏ ਸਟੱਡੀ ਵੀਜ਼ੇ ਤੇ ਗਏ ਸੀ ਮੇਰੀ ਪਹਿਲੀ ਜਾਓ 7 ਡਾਲਰ ਦੀ ਸੀਗੀ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਆ ਸੰਤਰੇ ਸਾਫ 2013 2013 ਦੀ ਗੱਲਾਂ ਨੇ 21 ਸਾਲਾਂ ਨਾਲ ਮੈਂ ਸੀਗਾ ਮੈਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਸੀਗਾ ਸੰਤਰੇ ਸਾਫ ਕਰ ਲਏ ਫਿਰ ਬਾਅਦ ਚੋਂ ਮੈਂ ਕਿਸੇ ਸਟੋਰ ਤੇ ਪੀਜੇ ਵੰਡਣ ਲੱਗ ਗਿਆ ਜੀ ਤਾਂ ਮੈਨੂੰ ਉਹ ਵੀ ਜਣ ਯਾਰ ਨੇ ਮੇਰੇ ਵੀ ਠੀਕ ਆ ਰੱਬ ਨੇ ਉੱਥੋਂ ਉੱਥੇ ਚੱਕ ਲਿਆਂਦਾ ਯਾਰ ਅੱਗੇ ਹੋਰ ਚੱਲ ਜਾਗੇ ਪਰ ਕਿਸੇ ਨੇ ਮਾੜਾ ਨਹੀਂ ਕਰਨਾ ਧੋਖਾ ਨਹੀਂ ਕਰਨਾ ਮਤਲਬ ਇਹ ਅਸਲ ਇਸ ਹਰ ਬੰਦੇ ਦਾ ਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਆਪਣੇ ਰੁਝਾਨ ਹੈਗੇ ਆ ਜਿਹਦੇ ਇਹ ਜਾਂਦਾ ਜਿਵੇਂ ਹੁਣ ਪੰਜਾਬ ਦੇ ਬ੍ਰਾਧੀਆਂ ਇਹ ਗੱਲ ਕੀਤੀ ਜਾਂਦੀ ਹੈ ਕਿ ਇੱਥੋਂ ਜਾਣ ਬੁੱਝ ਕੇ ਇੱਕ ਪਲਾਨ ਕੱਲੇ ਪੰਜਾਬੀ ਕੋਈ ਜਾਂਦਾ ਹੈ ਕਿ ਹੋਰ ਲੋਕ ਵੀ ਉੱਥੇ ਬਾਈ ਜੀ ਗੁਜਰਾਤੀ ਪੰਜਾਬੀਆਂ ਨਾਲੋਂ ਮੂਰੇ ਨਹੀਂ ਜੀ ਤੁਸੀਂ ਨਾ ਅਮਰੀਕਾ ਜਾ ਕੇ ਦੇਖਿਓ ਕੈਨੇਡਾ ਰਖੋ ਗੁਜਰਾਤੀਆਂ ਨੇ ਕੀ ਤਰੱਕੀ ਕੀਤੀ ਆ ਗੁਜਰਾਤੀ ਲੋਕ ਕਰਿਆ ਫਿਰ ਜਾਂਦਾ ਪਿਆ ਉੱਥੇ ਬਾਈ ਜੀ ਹਟੇਲ ਚੇਨ ਇਹਨਾਂ ਦੀ ਆ ਗਰੋਸਰੀ ਸਟੋਰ ਇਹਨਾਂ ਦੇ ਆ ਗੁਜਰਾਤੀਆਂ ਗੁਜਰਾਤੀਆਂ ਦੇ ਬਸੇ ਮੂਰੇ ਨਹੀਂ ਆਉਂਦੇ ਹੈਗੇ ਇਹ ਸਾਇਲੈਂਟ ਰਹਿਣਗੇ ਨਾਰਮਲ ਜੀ ਗੱਡੀ ਰੱਖੀ ਹੋਊਗੀ ਇੰਟਰਨਲ ਹੀ ਇੰਨਾ ਕੁਝ ਬਣਾਇਆ ਜਾਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਠੀਕ ਹੈ ਮਤਲਬ ਪਹਿਲਾਂ ਪੰਜਾਬੀ ਨਹੀਂ ਉਹਦੇ ਗੁਜਰਾਤਿਆਂ ਵਿੱਚ ਦਿਮਾਗੀ ਕੰਮ ਹੈ ਮਹਾਰਾਸ਼ਟਰ ਹైదరాబాద్ ਵਾਲੇ ਪਾਸੇ ਬੜਾ ਪੂਰਾ ਹਾਲ ਹੈ ਜੀ ਉੱਥੇ ਲੋਕੀ ਬਹੁਤ ਨਿਕਲਦੇ ਪਏ ਆ ਜਿੰਨੇ ਆਈਟੀ ਐਕਸਪਰਟ ਨੇ ਬੰਗਲੌਰ ਦੇ ਹైదరాబాద్ ਦੇ ਸਾਰੇ ਨਾਰਥ ਅਮਰੀਕਾ ਜਾ ਰਹੇ ਨੇ ਕੋਈ ਅਮਰੀਕਾ ਬੈਠਾ ਕੋਈ ਕੈਨੇਡਾ ਬੈਠਾ ਆਈਟੀ ਇੰਡਸਟਰੀ ਦੇ ਵਿੱਚ ਜਿੰਨੇ ਇੰਡੀਅਨਸ ਨੇ ਜੀ ਕਿਸੇ ਹੋਰ ਪਾਸੇ ਹੈ ਨਹੀਂ ਜੀ ਬਸ ਕੀ ਜਿਆ ਪੰਜਾਬੀਆਂ ਦਾ ਮਾਈਂਡ ਸੈਟ ਕਿ ਤਾ ਜਾ ਰਿਹਾ ਸਾਨੂੰ ਸਰਕਾਰ ਬਾਹਰ ਭੇਜ ਰਹੀ ਆ ਬਾਹਰ ਜਾਣਾ ਮਾੜੀ ਗੱਲ ਨਹੀਂ ਹੈਗੀ ਮੈਂ ਫੇਰ ਕਹਿੰਨਾ ਦੇਖੋ ਪੰਜਾਬ ਸਾਡਾ ਘਰ ਆ ਬੰਦਾ ਘਰ ਨਾਲ ਤਾਂ ਅਟੈਚ ਹੈਗਾ ਜੀ ਬਾਈ ਜੀ ਤਰਨੇ ਹਾ ਡਾਲਰ ਟਿਕਟ ਹੈਗੀ ਆ ਜੇ ਤੁਹਾਡੀ ਸੈਟਿੰਗ ਬਣ ਗਈ ਯਾਰ ਚੱਕੋ ਬੋਰੀ ਬਿਸਤਰਾ ਆਜੇ ਘੁੰਮਣ ਵਾਸਤੇ ਕਿਦੋਂ ਮਹੀਨੇ ਬਾਅਦ ਸਰੇ ਪਰ ਪਹਿਲਾਂ ਸੈਟਿੰਗ ਤਾਂ ਬਣਾਓ ਨਾ ਜੀ ਹੁਣ ਮੈਂ ਸਭ ਨੂੰ ਕਹਿਣਾ ਵੀ ਪਹਿਲਾਂ ਫਾਈਨੈਂਸ਼ਲੀ ਸੈੱਟ ਹੋਵੂ ਉਤੋਂ ਬਾਅਦ ਜੋ ਮਰਜ਼ੀ ਕਰੋ ਘਰੇ ਕਰਦਾ ਚੱਲਦਾ ਹੋਵੇ ਹਨ ਤੁਸੀਂ ਕਿਵੇਂ ਸਾਰਾ ਕੁਝ ਸੈੱਟ ਕਰ ਲੋਗੇ ਇਹ ਛੋਟੇ ਛੋਟੇ ਚੀਜ਼ਾਂ ਲੋਕਾਂ ਨੂੰ ਸਿੱਖਣ ਦੀ ਬਹੁਤ ਲੋੜ ਆ ਹਮ ਇਮੋਸ਼ਨਲ ਹੋ ਕੇ ਸਟੈਪ ਨਹੀਂ ਲੈਣੇ ਹੁਣ ਕਿੰਨੇ ਬੰਦੇ ਨੇ ਮੈਂ ਚਲੋ ਕਿਸੇ ਨੂੰ ਕੀ ਜਣਾ ਉਹ ਮੁੰਡੇ ਮੈਨੂੰ 2 ਸਾਲ ਪਹਿਲਾਂ ਮਿਲੇ ਉਹਨੇ ਕਿਹਾ ਜੀ ਮਗਰ ਲੱਗ ਕੇ ਬਾਹਰ ਦਾ ਸਟੈਪ ਤਿਆਗਦਾ ਚਾਹ ਕਿ ਉਹ ਮੁੰਡੇ ਦੀ ਪੀਆਰ ਜੁੜਦੀ ਪਈ ਸੀਗੀ ਉਰੇ ਬੈਠੇ ਨੇ ਮੈਂ ਕਹਾ ਤੂੰ ਪੀਆਰ ਲਵਾ ਕੇ ਜਲ ਜਾ ਬਾਹਰ ਫਿਰ ਮੁੜ ਕੇ ਇੰਡੀਆ ਕੇ ਜੋ ਕਰਨਾ ਕਰ ਲੈ। ਹਮ ਨਾ ਉਹ ਦਾਰੇ ਕੁਛ ਬਣ ਸਕਿਆ ਹੁਣ ਕਹਿੰਦਾ ਬਾਈ ਮੈਨੂੰ ਬਾਹਰ ਕੱਢ ਕਰਕੇ ਹੁਣ ਪੁਆਇੰਟ ਕੱਢ ਕੇ ਪੀਆਰ ਉਮਰ ਵੱਧ ਗਈ। ਆ ਛੋਟਾ ਜ਼ਿਮੀਦਾਰ ਜਾਂ ਛੋਟਾ ਜੇ ਕਹਿ ਲਈ ਕੋਈ ਆਮ ਜਿਹੜਾ ਹੈਗਾ ਬੇਕਾਰੋਬਾਰੀ ਹੈਗਾ ਉਹਨੂੰ ਇੱਥੇ ਮਤਲਬ ਸਰਵਾਈਵ ਕਰਨਾ ਵੀ ਬਹੁਤ ਔਖਾ। ਬਾਈ ਜੀ ਕਬੀਲਦਾਰੀ ਨਾ ਇੰਡੀਆ ਦੀ ਬਾਹਰਲੇ ਦੇਖਣਗੇ ਕਹਿਣਗੇ ਲੈ ਵੀ ਤਾਂ ਉਹੀ ਗੱਲ ਆ ਵੀ ਮੇਰਾ ਕੰਮ ਕਹਿਣਗੇ ਬਟ ਬਾਈ ਮੈਂ ਦਰਮਿਆਨੇ ਘਰਾਂ ਤੇ ਉੱਠਿਆ। ਹਮ ਅਸੀਂ ਇਹ ਗੱਲਾਂ ਦੇਖੀਆਂ ਹੋਈਆਂ ਨੇ ਕਬੀਲਦ ਰੱਬ ਨਾ ਕਰੇ ਘਰ 'ਚ ਕੋਈ ਜੀਵ ਮਾਰ ਹੋ ਜਾਣਾ ਜੀ ਪੰਜ ਸਤ ਲੱਖ ਤਾਂ ਉੱਥੇ ਹੀ ਪਟਿਆ ਜਾਂਦਾ ਹਸਪਤਾਲਾਂ ਦੇ ਵਿੱਚ ਬਿਲਕੁਲ ਬਹੁਤ ਔਖਾ ਹੁੰਦਾ ਅਕਮੋਡੇਟ ਕਰਨਾ ਕਰਕੇ ਪ੍ਰਵਾਸ ਤਾਂ ਹੋਇਆ ਸੀ ਗਰੀਬੀ 'ਚੋਂ ਖੜਾ ਛਡਾਣ ਵਾਸਤੇ ਲੋਕਾਂ ਨੇ ਛਡਾਇਆ ਵੀ ਆ ਉੱਥੇ ਜਲੰਧਰ ਚਲਜੋ ਜੀ ਕਿੰਨੀਆਂ ਜ਼ਬਰਦਸਤ ਕੋਠੀਆਂ ਵਈਆਂ ਨੇ ਹੂੰ ਜਲੰਧਰ ਨੇ ਸਭ ਤੋਂ ਵੱਧ ਬਾਹਰ ਨਹੀਂ ਤੇ ਤਰੱਕੀ ਕੀਤੀ ਉਹ ਲੋਕਾਂ ਨੇ ਰਹੇ ਰੱਬ ਦਾ ਨਾ ਇੰਗਲੈਂਡ ਅਮਰੀਕਾ ਕੈਨੇਡਾ ਯੂਰਪ ਸਾਰਾ ਦੱਬੀ ਬੈਠੇ ਨੇ ਜੀ ਹੂੰ ਚੰਗੀ ਗੱਲ ਇਹ ਆਪ ਗਏ ਆਪ ਦੇ ਨਾਲ ਵੀ ਲੈ ਗਏ ਉਹਨਾਂ ਦਾ ਕਦੀ ਨਹੀਂ ਕਿਸੇ ਨੂੰ ਕਿਹਾਗਾ ਵੀ ਤੂੰ ਬਈ ਨਾ ਆਉਰੇ ਹ ਭਈ ਕੰਮ ਕਰਨਾ ਪੈਣਾ ਹੂੰ ਜੇ ਤੁਸੀਂ ਕਹੋਗੇ ਨਾ ਇੰਡੀਆ ਬੈਠਣੇ ਕੋ ਰੋਟੀ ਦੇਰੂਗਾ ਕੋਈ ਨਹੀਂ ਜਾਂਦਾ ਜੀ ਜੀ ਮੂੰਹ ਚ ਕੱਢ ਕੇ ਲੈ ਜਾਣਗੇ ਇੱਕ ਆ ਮੈਂ ਸਵਾਲ ਲਊਗਾ ਮਤਲਬ ਉਹਦੇ ਨਾਲ ਹੀ ਪਹਿਲੇ ਸਵਾਲ ਨਾਲ ਜੁੜਿਆ ਸਵਾਲ ਸੀ ਜਿਵੇਂ ਉੱਥੇ ਕਹਿ ਰਹੇ ਹੋ ਗੈਂਗਸਟਰ ਮਤਲਬ ਵਾ ਜਿਹੜਾ ਕਿਹਾ ਜਾਂਦਾ ਉੱਥੇ ਉਹ ਉਹਦਾ ਕਿੰਨਾ ਐਕਸਪੀ ਪਾਜੀ ਗੈਂਗਸਟਰ ਬਾਦ ਕਿਵੇਂ ਆ ਵੀ ਇੱਕ ਇੰਟਰਨਲ ਦੁਸ਼ਮਣੀ ਚੱਲਦੀ ਰਹਿੰਦੀ ਆ ਉੱਥੇ ਜੀ ਗੈਂਗਸਟਰ ਵਾ ਕੈਨੇਡਾ 'ਚ ਹੈਗਾ ਵਾ ਹੂੰ ਪਰ ਮੈਨੂੰ ਨਹੀਂ ਪਤਾ ਕਿ ਇੱਥੇ ਹੈਗਾ ਹੈਗਾ ਕਿ ਇਥੇ ਸੋਸ਼ਲ ਮੀਡੀਆ ਤੇ ਹੈਗਾ ਜਾਂ ਹੈਗਾ ਉਹਨਾਂ ਦਾ ਜਿਹੜੇ ਬੜੇ ਵੱਡੇ ਲੈਵਲ ਤੇ ਡੀਲਿੰਗ ਕਰਦੇ ਨੇ ਜੀ ਬਈ ਮਿਲੀਅਨ ਦੀ ਡਰੱਗ ਜੀ ਡੀਲ ਕਰਦੇ ਆ ਉਹਨਾਂ ਦੇ ਉੱਤੇ ਆ ਕਾਮਨ ਬੰਦੇ ਨੂੰ ਬਸ ਆਪਣੇ ਕੰਮ ਤੋਂ ਮਤਲਬ ਹੋਣਾ ਚਾਹੀਦਾ ਉਹਨੂੰ ਕਿਸੇ ਨਾਲ ਖੇਡ ਲੈਣਾ ਯਾਣਾ ਕਰਕੇ ਜੀ ਸਭ ਤੋਂ ਵੱਡੀ ਗੱਲ ਉੱਥੇ ਹਰ ਇੱਕ ਬੰਦਾ ਲੜਨ ਤੋਂ ਡਰਦਾ ਕਿਉਂਕਿ ਸਰਕਾਰ ਨੇ ਸਾਰਾ ਕੁਝ ਆਪਸ ਵਿੱਚ ਇੰਟਰਕਨੈਕਟਡ ਕੀਤਾ ਹੋਇਆ ਹੁਣ ਅਸੀਂ ਇਮੀਗ੍ਰੇਸ਼ਨ ਕਰਦੇ ਆ ਜੇ ਇਮੀਗ੍ਰੇਸ਼ਨ ਦੇ ਵਿੱਚ ਕੋਈ ਬੰਦਾ ਉੱਥੇ ਜਾ ਕੇ ਲੜਾਈਆਂ ਕਰਦਾ ਉਹਦੀ ਪੀਆਰ ਦੀ ਫਾਈਲ ਨਹੀਂ ਲੱਗ ਬੰਦੀ ਉਹਦੀ ਪੀਆਰ ਦੀ ਫਾਈਲ ਹੋਲਡ ਤੇ ਪੈ ਜਾਂਦੀ ਆ ਉਹ ਡਰ ਦਾ ਲੜਦਾ ਨਹੀਂ ਹੈਗਾ ਉਦੋਂ ਬਾਅਦ ਤੁਸੀਂ ਲੈਟ ਸਪੋਜ਼ ਪੀਆਰ ਤੋਂ ਬਾਅਦ ਤੁਸੀਂ ਲੜ ਪਏ ਥੋੜੀ ਛਟੀਆਂ ਦੇ ਵਿੱਚ ਚੱਕਰ ਹੋ ਜਾਂਦਾ ਇਹ ਕਹਿਣਗੇ ਵੀ ਅਸੀਂ ਇਦਾਂ ਦੇ ਡਿਫਾਲਟਰ ਬੰਦੇ ਰੱਖਣੇ ਨਹੀਂ ਹੈਗੇ ਬਾਅਦ ਚ ਉਹ ਫਾਈਨ ਬੜੇ ਵੱਡੇ ਪਾਉਂਦੇ ਆ ਜੀ ਉਹਦਾ ਤਾਂ ਡਰ ਦਾ ਲੜਦਾ ਨਹੀਂ ਹੈਗਾ ਬਸ ਗੱਲ ਕੀ ਆ ਵੀ ਜਿਹੜੇ ਕੁਝ ਚੀਜ਼ਾਂ 네ਗੇਟਿਵ ਸੋਸਾਇਟੀ ਦਾ ਮੂਰੇ ਆ ਜਾਂਦਾ ਪੋਜ਼ਿਟਿਵ ਅੰਦਰ ਵੱੜ ਜਾਂਦਾ ਉਹ ਅੰਦਰ ਕਿਉਂ ਵੱੜਦਾ ਅਗਲਾ ਕੰ ਦਾ ਮੈਂ ਕਲੇਸ਼ ਚ ਕੀ ਪੈਣਾ ਕਰਕੇ ਮੈਂ ਆਪਣਾ ਦੂਰ ਰਵਾਂ ਹੁਣ ਫॉर ਐਗਜ਼ਾਮਪਲ ਤੁਸੀਂ ਸਟੋਰ ਚਲਾ ਰਿਹਾ ਹਾਂ ਤੁਹਾਡਾ ਸਟੋਰ ਪ੍ਰੋਫਿਟ 'ਚ ਜਾ ਰਿਹਾ ਤੁਸੀਂ ਕਦੇ ਮੁਰੇ ਨਹੀਂ ਆਓਗੇ ਅਜੀ ਮੈਂ ਪੰਜਾਬ 'ਚ ਕਹਿੰਦੇ ਵਪਾਰੀ ਬੰਦਾ ਨਹੀਂ ਲੜਦਾ ਵਪਾਰੀ ਬੰਦਾ ਪੰਜਾਬ ਦੇਖਿਆਗਾ ਲੜਦਾ ਅਗਲਾ ਕਹਿੰਦਾ ਬਾਈ ਹੱਥ ਜੋੜੇ ਤੂੰ ਹੀ ਵਧੀਆ ਯਾਰ ਮੈਂ ਤਾਂ ਮਾੜਾ ਤੇ ਡਾਈਆਂ ਵੀ ਤੂੰ ਤਾਂ ਨਾੜਾ ਤੋਂ ਦੋ ਚਾੜੇ ਲੱਗ ਨਿਕਲਦਾ ਸਹੀ ਗੱਲ ਅਗਲਾ ਕਹਿੰਦਾ ਵਪਾਰ ਖਰਾਬ ਨਹੀਂ ਕਰਨਾ ਇਵੇਂ ਹੀ ਕੈਨੇਡਾ ਦੇ ਵਿੱਚ ਵੀ ਹੈਗਾ ਜੀ ਜੀ ਜਿਹੜੇ ਲੋਕਾਂ ਨੇ ਬਿਜ਼ਨਸ ਬਣਾ ਲਏ ਨਾ ਉਹ ਕਹਿੰਦੇ ਨਹੀਂ ਬਾਈ ਕੁਛ ਰਵੋ ਤੂੰ ਦੇਖੋ ਜੀ ਕਿੰਨੀ ਕਲਾਸ ਲਾਈਫ ਕੱਢਦੇ ਨੇ ਲੋਕੀ ਮੈਂ ਦੱਸੇ ਵੀ ਲੋਕ ਕੋਈ ਅਮਰੀਕਾ ਘੁੰਮਣ ਜਾ ਰਹੇ ਪਰ ਕਿੱਥੋਂ ਸੋਚ ਤਾਂ ਹੀ ਆਈ ਨਾ ਵੀ ਅਮਰੀਕਾ ਜਾ ਕੇ ਦੇਖ ਲੈ। ਹੂੰ ਚਲੋ ਰਿਵਰਸ ਮੀਗ੍ਰੇਸ਼ਨ ਦੀ ਸੋਚ ਵੀ ਤਾਂ ਆਉਂਦੀ ਹੈ ਨਾ ਵੀ ਜੋ ਦੋ ਪੈਸੇ ਕੋਲ ਹੈਗੇ ਆ ਆ ਵਾਪਸ ਆਜੋ। ਵਾਪਸ ਆਜੋ। ਹੂੰ ਪਰ ਪਹਿਲਾਂ ਕਮਾ ਕੇ ਤਾ। ਪਹਿਲਾਂ ਕਮਾ ਕੇ ਤਾਂ ਕੁਛ ਆਓ ਤੁਸੀਂ ਕਿਸੇ ਲੈਵਲ ਤੇ ਤਾਂ ਖੜੋ ਕਰਕੇ। ਮੁੰਡਾ ਕਿਸੇ ਲੈਵਲ ਤੇ ਪਹੁੰਚਿਆ ਨਹੀਂ ਹੁੰਦਾ ਹੈਗਾ ਉਹ ਕਹਿੰਦਾ ਹੁੰਦਾ ਵੀ ਨਾ ਭਾਈ ਉਰੇ ਨਾਇਆ ਕਰਕੇ। ਹੂੰ ਮੈਂ ਕਿਹਾ ਭਾਈ ਤੂੰ ਕੀ ਦੇਖਿਆ ਹੱਦ ਤੱਕ? ਕਹਿੰਦਾ ਮੈਂ ਤਾਂ ਬਸ ਇਹ ਦੇਖਿਆ ਜੀ ਫੈਕਟਰੀਆਂ 'ਚ ਕੰਮ ਕਰ ਰਹੇ ਨੇ। ਉਹ ਮੈਂ ਕਿਹਾ ਭਰਾ ਫੈਕਟਰੀਆਂ ਤੋਂ ਅੱਗੇ ਵੀ ਇੱਕ ਜ਼ਿੰਦਗੀ ਆ। ਇੱਕ ਫੇਸ ਆ। ਹੂੰ ਇਹ ਪੱਕੀ ਥਾਂ ਨਹੀਂ ਹੈਗੀ ਇੱਕ ਫੇਸ ਆ ਹੁਣ ਜੇ ਵੀ ਮੈਂ ਕਹੂੰਗਾ ਵੀ ਨਾ ਚਲੋ ਜੇ ਮੈਂ ਇਮੀਗ੍ਰੇਸ਼ਨ ਦਾ ਕੰਮ ਨਾ ਕਰਦਾ ਮੈਂ ਤਾਂ ਵੀ ਸਭ ਨੂੰ ਕਹਿੰਦਾ ਵੀ ਆਓ ਬਾਹਰ ਜੇ ਤੁਸੀਂ ਮਾੜੇ ਘਰ ਦੇ ਪੁੱਤ ਹੋ ਨਾ ਤੁਸੀਂ ਬਾਹਰ ਆਓ ਤੁਸੀਂ ਮਾੜੇ ਜਿਮੀਦਾਰਾ ਤੁਸੀਂ ਬਾਹਰ ਆਓ ਤਰੱਕੀ ਕਰੋ ਉਹ ਤਾਂ ਵੱਲ ਲੋਕਾਂ ਦਾ ਰਵਈਆ ਦੇਖੋ ਇੰਡੀਆ ਚ ਬਈ ਕੋਈ ਬੰਦਾ ਮਾੜਾ ਹੋਵੇ ਉਹਦੇ ਕੋਈ ਘਰੇ ਜਾ ਕੇ ਦਿਖਾਦੇ ਮੇਰੇ ਨਾਮ ਬਟੇ ਹੂੰ ਉਹਦੇ ਆਪ ਦੇ ਰਿਸ਼ਤੇਦਾਰ ਉਹਨੂੰ ਚਾਗ ਦਿੰਦੇ ਨੇ ਜੀ ਜੀ ਬਿਖੜਾ ਪੈਸੇ ਨਾ ਮੰਗ ਲਵੇ ਹਮ ਸੱਚ ਇਹੀ ਬਿਲਕੁਲ 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 ਉਹੀ ਬੰਦਾ ਕਿਤੇ ਬਾਹਰ ਲੈ ਕੇ ਆਇੰਦਾ ਕਾੜਾ ਰਸ ਜਾਂਦਾ ਦੱਸਦਾ ਕਾੜਾ ਬੰਦਾ ਹੁੰਦੀ ਹੈ ਕਾੜਾ ਬੰਦਾ ਹੁੰਦੀ ਹੈ ਕਾੜਾ ਬੰਦਾ ਹੁੰਦੀ ਹੈ ਇਹ ਚੀਜ਼ ਦਾ ਫਰਕ ਹੈ ਵੀ ਨਜ਼ਰੀਏ ਦੀ ਗੱਲ ਹੁੰਦੀ ਆ ਸਹੀ ਆ ਬਸ ਇਹੀ ਗੱਲ ਆ ਵੀ ਦੇਖੋ ਕਿਰਤ ਨੂੰ ਮਾੜਾ ਨਾ ਕਹੋ ਹੂੰ ਕੋਈ ਕੋਫੀ ਸ਼ਾਪ ਵਾਲਾ ਮਾੜਾ ਨਹੀਂ ਹੈਗਾ ਹੂੰ ਜੇ ਚਾਂਸ ਮਿਲਦਾ ਬਾਹਰ ਜਾਣ ਦਾ ਸਾਡੇ ਤੋਂ ਨਹੀਂ ਕਿਸੇ ਹੋਰ ਥਰੂ ਚੋਈ ਜਾ ਪਰ ਜਾਓ ਜ਼ਰੂਰ ਤੁਹਾਡਾ ਸੋਚ ਦਾ ਦਾਇਰਾ ਵਧੂਗਾ ਤੇ ਤਰੱਕੀ ਉਸ ਲੈਵਲ ਦੀ ਕਰੋਗੇ ਜੇ ਉਹੀ ਗੱਲ ਆ ਵੀ ਜਹਾਂ ਜਹਾਂ ਚ ਬੰਦਾ ਬੈਂਦਾ ਹੋ ਜਾ ਹੋ ਜਾਂਦਾ ਬਾਹਰ ਸੰਗਤ ਬੜੀ ਮੈਟਰ ਕਰਦੀ ਆ ਤੁਸੀਂ ਕਿਹਦੇ ਕੋਲ ਗਏ ਹੋ ਹੋਂਦੇ ਤੁਸੀਂ ਜਾਣਾ ਹੀ ਉਹਨਾਂ ਕੋਲ ਆ ਵੀ ਜਿਹੜੇ ਹਰ ਵੇਲੇ ਰੋਂਦੇ ਰਹਣ ਪਰ ਤੁਸੀਂ ਸੈੱਟ ਹੋਗੇ ਬਿਲਕੁਲ ਜਿਹੜੇ ਮਿਹਨਤੀ ਆ ਉਹਨਾਂ ਦੇ ਕੋਲ ਮਿਹਨਤੀ ਬੰਦੇ ਕੋਲ ਜਾਓ ਮਿਹਨਤ ਕਰੋ ਬਹੁਤ ਰਾਹ ਨੇ ਪੰਜਾਬ ਤੋਂ ਕੈਨੇਡਾ ਜਾਣ ਜਾਂਣ ਵਾਸਤੇ ਬੜੇ ਰਾਹ ਨੇ ਸੈੱਟ ਹੋਣ ਦੇ ਬੜੇ ਰਾਹ ਨੇ ਠੀਕ ਹੈ ਬਸ ਇੱਕ ਵਾਰ ਤੁਹਾਨੂੰ ਸਾਡੇ ਨਾਲ ਮਿਲਣਾ ਪੈਣਾ ਆ ਕੇ ਸਟੱਡੀ ਵੀਜ਼ਾ ਤੇ ਤੁਸੀਂ ਵਰਕ ਪਰਮ ਉਹ ਤੋਂ ਬਿਨਾਂ ਵੀ ਕੋਈ ਹੈ ਬਾਈ ਜੀ ਪੀਆਰ ਜੀ ਬਿਜ਼ਨਸ ਤੱਕ ਖਿਲਾਉਨੇ ਆਂ ਅਸੀਂ ਠੀਕ ਹੈ ਲੈਟਸ ਸਪੋਜ਼ ਤੁਹਾਡਾ ਪੰਜਾਬ ਚ ਕੋਈ ਵਧੀਆ ਬਿਜ਼ਨਸ ਚੱਲਦਾ ਰੈਸਟੋਰੈਂਟ ਚੱਲਦਾ ਕੋਈ ਹੋਰ ਫੈਕਟਰੀ ਚੱਲਦੀ ਆ ਹੁਣ ਤੁਹਾਡਾ ਮਨ ਆ ਵੀ ਅਸੀਂ ਕੈਨੇਡਾ ਜਾ ਕੇ ਬਿਜ਼ਨਸ ਖੋਲਣਾ ਥੋੜਾ ਸੀ ਉਹ ਵੀ ਖਲਾ ਕੇ ਦਵਾਵਾਂਗੇ ਜੀ ਉੱਥੇ ਠੀਕ ਤੁਹਾਨੂੰ ਵਰਕ ਪਰਮਿਟ ਵੀ ਤੁਹਾਡੇ ਬਿਜ਼ਨਸ ਜਵਾ ਦਵਾਵਾਂਗੇ ਠੀਕ ਹੈ ਜੀ ਬਹੁਤ ਤਰੀਕੇ ਨੇ ਬਸ ਗੱਲ ਕਰਕੇ ਸਾਡੇ ਨਾਲ ਡਿਸਕਸ ਕਰੋ ਆ ਕੇ ਹੂੰ ਜੇ ਸਲਾਹ مشਵਰਾ ਕਰਾਂਗੇ ਤਾਂ ਹੀ ਹੱਲ ਨਿਕਲੂਗਾ ਇੰਗਲਿਸ਼ ਕਮਿਊਨੀਕੇਸ਼ਨ ਇਜ਼ ਦਾ ਕੀ ਜੇ ਗੱਲ ਕਰੋਗੇ ਹੁਣ ਮੈਂ ਤੁਹਾਡੇ ਕੋਲ ਆਇਆ ਵੀਰੇ ਵੀ ਆਹ ਕੰਮ ਆਪਾਂ ਕਰਨਾ ਵਾ ਹੂੰ ਤੁਹੀ ਦੱਸਿਆ ਵੀ ਇਹ ਹੱਲ ਨੇ ਜੀ ਹਨਾ ਵੀ ਜੇ ਗੱਲ ਕਰਾਂਗੇ ਤਾਂ ਹੀ ਹੱਲ ਤਾਂ ਹੀ ਹੱਲ ਨਿਕਲ ਬਈ ਜੇ ਮੈਂ ਨੈਟ ਤੇ ਦੇਖੀ ਜਾਂਦਾ ਬੈਠਾ ਹੁਣ ਮੈਨੂੰ ਕਿਸੇ ਨੇ ਉੱਥੇ ਗਿਆ ਮੈਂ ਕਹਾ ਕਹਿੰਦੇ ਯਾਰ ਵੀ ਇੰਡੀਆ ਨਾ ਜਾਈ ਬੜਾ ਮਾਹੌਲ ਓੱਖਾਈ ਹੈ ਨਾ ਮੈਂ ਭਰਾ ਨੂੰ ਫੋਨ ਲਾਇਆ ਮੈਂ ਕਹਾ ਯਾਰ ਵੀ ਦੀਪਕ ਵੀ ਕਿੱਦਾਂ ਦਾ ਮਾਹੌਲ ਹੈ ਕਨ ਸਾਰਾ ਕੁਝ ਠੀਕ ਹੈ ਤੁਸੀਂ ਹੀ ਦੱਸ ਦੋ ਕੀ ਮਾਹੌਲ ਇੰਡੀਆ ਖਰਾਬ ਹੋ ਗਿਆ ਸਾਰਾ ਠੀਕ ਹੈ ਬਿਲਕੁਲ ਔਰ ਤਾਂ ਬੰਦੇ ਨੂੰ ਕਵਿੱਲਦਾਰੀ ਤੋਂ ਵੇਲ ਨਹੀਂ ਹੈਗੀ ਬਈ ਬਿੱਲ ਭਰਨੇ ਨੇ ਰੋਟੀ ਖਾਣੀ ਆ ਹਸਪਤਾਲ ਦਾ ਕੋ ਸੱਚ ਆਇਆ ਹੋਇਆ ਉਹ ਦੇ ਕੇਣਾ ਬੱਚੇ ਪੜਾਈ ਦੇ ਕੇ ਆਉਣੀਆਂ ਕਿੱਥ ਉੱਥੇ ਬੰਦਨ ਫਿਕਰ ਹੈਗਾ ਯਾਰ ਵੀ ਕੰਮ ਕਰਨਾ ਆ ਕਰਨਾ ਹੋ ਕਰਨਾ ਇੱਕ ਜਿਹੜੀ ਹੋਰ ਗੱਲ ਹਨਾ ਚਲੋ ਮੈਂ ਕਿਤੇ ਨੈਟ ਤੇ ਦੇਖਦਾ ਸੀਗਾ ਉੱਥੇ ਨਾ ਬੰਦੇ ਨੂੰ ਡਰਾਇਆ ਜਾਂਦਾ ਵੀ ਕਿਸ਼ਤਾਂ ਸ਼ੁਰੂ ਹੋ ਜਾਂਦੀਆਂ ਹਾਂ ਹਾਂ ਵੀ ਕਿਸ਼ਤਾਂ ਹੀ ਰਹ ਜਾਂਦਾ ਬੰਦਾ ਵੀ ਇੱਕ ਪੀੜੀ ਤਾਂ ਕਿਸ਼ਤਾਂ ਹੀ ਲਾਉਂਦੀ ਰਹਿੰਦੀ ਆ ਹੁਣ ਤੁਸੀਂ ਇੱਕ ਗੱਲ ਦੱਸੋ ਤੁਸੀਂ ਤੁਸੀਂ ਬੰਗਲੌਰ ਜਾ ਕੇ ਦੇਖਿਓ ਜੀ ਬੰਬੇ ਪੰਜਾਬ ਕੈਨੇਡਾ ਨਾਲੋਂ ਵੱਧ ਮਹਿੰਗਾ ਮੇਰਾ ਬੰਬੇ ਆਫਿਸ ਉੱਥੇ ਮੈਂ ਗਿਆ ਛੋਟੇ ਛੋਟੇ ਫਲੈਟ 3-3 ਕਰੋੜ ਦੇ ਨੇ ਮੈਂ ਬੰਬੇ ਵਾਲੇ ਦੋਸਤ ਨੂੰ ਪੁੱਛਿਆ ਬਗਾ ਯਾਰ ਤੁਹਾਡੇ ਕੀ ਮਾਈਂਡ ਸੈਟ ਆ ਵੀ ਕਿਸ਼ਤਾਂ ਲਾਣੀ ਹਰੀ ਕਹਿੰਦਾ ਨਹੀਂ ਯਾਰ ਪੈ ਕਨ ਫੋਰ ਐਗਜ਼ਾਮਪਲ ਮੈਂ ਕੋਈ ਫਲੇਟ ਲਿਆ 1 ਕਰੋੜ ਦਾ ਉਹਦੀ ਮੈਂ ਕਿਸ਼ਤਾਂ ਲਾ ਰਿਹਾ ਹੂੰ 3 ਸਾਲਾਂ ਬਾਅਦ 4 ਸਾਲਾਂ ਬਾਅਦ ਉਹ ਡੇਢ ਕਰੋੜ ਦਾ ਤਾਂ ਹੋਊਗਾ ਨਾ ਸੇਮ ਹੀ ਕੈਨੇਡਾ ਦੇ ਵਿੱਚ ਆ ਯਾਰ ਜਿਹੜੀ ਪ੍ਰਾਪਰਟੀ ਲੋਕਾਂ ਨੇ 5 ਲੱਖ ਦੀ ਦਿੱਤੀ ਸੀਗੀ ਉਹ ਬਰਕ ਸ਼ੂਟ ਮਾਰ ਗਈ ਅਪ ਐਂਡ ਡਾਊਨ ਚੱਲਦੇ ਰਹਿੰਦੇ ਉਹ ਤਾਂ ਸਹੀ ਹੈ ਹੁਣ ਜਿਹੜੇ ਬੰਦੇ ਕੋਰੇ ਇੰਡੀਆ ਘਰ ਨਹੀਂ ਜੁੜਦਾ ਉੱਥੇ ਘਰ ਤੋਂ ਲੈ ਲੈਂਦਾ ਜਾ ਕੇ ਸਹੀ ਗੱਲ ਮਿਹਨਤ ਕਰਕੇ ਚਲੋ ਫੋਰ ਐਗਜ਼ਾਮਪਲ ਬ੍ਰੈਂਟਨ ਮਹਿੰਗਾ ਜੀ ਡੀਟ ਹੈ ਤੁਸੀਂ ਲੰਡਨ ਚੱਲ ਜਾਓ ਉੱਥੇ ਲੰਡਨ ਵੀ ਹੈਗਾ ਇੱਕ ਕਿਸ਼ਨਾਬ ਚੱਲ ਜਾਓ ਅ ਲਾਬਾਟਾ ਚੱਲ ਜਾਓ ਬਾਈ ਜੀ ਬੜ ਪਰ ਸੋਚ ਸੋਚ ਦੀ ਗੱਲ ਮੇਨ ਗੱਲ ਇਹ ਹੈ ਸਹੀ ਹੈ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਇੱਕ ਆਫਿਸ ਪਟਿਆਲੇ ਭਾਈ ਜੀ ਮੇਰਾ ਆਫਿਸ ਪਟਿਆਲੇ ਅੱਜ ਕੱਲ ਮੈਂ ਅੰਡੀਆ ਦੇ ਵਿੱਚ ਹੀ ਆ ਜੀ ਸਾਨੂੰ ਕਾਲ ਕਰੋ ਜਿਹੜੇ ਨੰਬਰ ਸਕਰੀਨ ਤੇ ਫਲੈਸ਼ ਕਰਦੇ ਪਏ ਨੇ ਜੀ ਜੀ ਆ ਕੇ ਮਿਲੋ ਅਪਾਇੰਟਮੈਂਟ ਲੈ ਕੇ ਜਾਓ ਬਸ ਇੰਦੀ ਗੇ ਬੇਨਤੀ ਆ ਅਪਾਇੰਟਮੈਂਟ ਲੈ ਕੇ ਜਾਓ ਤੁਹਾਡੇ ਕੇਸ ਖਰਾਬ ਹੋਗੇ ਸਪਾਉਜ਼ ਓਪਨ ਵਰਕ ਪਰਮਿਟ ਨਹੀਂ ਲੱਗ ਰਿਹਾ ਪੀਆਰ ਲਗਦੀ ਵੀ ਵੀਜੇ ਰਿਫਿਊਜ਼ ਹੋ ਗਏ ਅਸੀਂ ਲੋਕਾਂ ਨੇ ਛੇਛੇ ਦੇ ਫਿਊਜ਼ਨ ਵਾਲੇ ਕੇਸ ਕਢਾਤੇ ਠੀਕ ਹੈ ਨੀਣਾ ਦੇ ਕੈਨੇਡਾ ਨੂੰ ਮੜਾ ਜਿਹਨੂੰ ਦੁਬਈ ਨਾ ਬਾੜੇ ਅਸੀਂ ਉਹਨੂੰ ਕੈਨੇਡਾ ਭੇਜਤਾ ਜੀ ਕੈਨੇਡਾ ਭੇਜਤਾ ਇੰਨਾ ਕ ਅਸੀਂ ਹੌਸਲਾ ਰੱਖਦੇ ਆ ਇੰਨੇ ਕ ਕੌਨਫੀਡੈਂਸ ਵਿੱਚ ਤਾਂ ਆ ਕਿ ਮੈਂ ਪੜ ਕੇ ਸਾਰਾ ਕੁਝ ਆਪ ਕਰਦਾ ਸਾਡੇ ਕੰਮ ਵਿੱਚ ਕੋਈ ਥਰਡ ਪਾਰਟੀ ਨਹੀਂ ਕੋਈ ਅਗਲਾ ਬੰਦਾ ਨਹੀਂ ਕੋਈ ਪਿਛਲਾ ਬੰਦਾ ਨਹੀਂ ਜੋ ਵੀ ਆ ਅਸੀਂ ਆਪ ਮਿਹਨਤ ਕਰਦੇ ਹਾਂ ਇੱਥੇ ਜਾ ਕੇ ਫਾਇਲ ਕਿਸੇ ਨੂੰ ਨਹੀਂ ਦੇਣੀ ਸਿੱਧੀ ਆਪ ਹੀ ਲਾਉਣੀ ਹੈ ਪੰਜਾਬ ਚ 70% ਕੰਮ ਕੀ ਹੁੰਦਾ ਫਾਈਲ ਫੜ ਕੇ ਅੱਗੇ ਟੰਡੀਗੜ ਭੇਜਦੀ ਟੰਡੀਗੜ ਕਿਤੇ ਹੋਰ ਭੇਜਦੀ ਸਾਡਾ ਕੰਮ ਉਹ ਨਹੀਂ ਹੈਗਾ ਜੋ ਹੈਗਾ ਅਸੀਂ ਆਪ ਕਰਦੇ ਹਾਂ ਸਭ ਤੋਂ ਵੱਡੀ ਗੱਲ ਇਹ ਨਹੀਂ ਵੀ ਕੰਮ ਬਣਦਾ ਹੋਊਗਾ ਤਾਂ ਸਾਫ਼ ਦੱਸ ਦਾਂਗੇ ਭਰਾ ਤੇਰਾ ਮੰਨਣਾ ਨਹੀਂ ਆਪਣੇ ਪੈਸੇ ਸਾਵਾਂ ਕੇ ਰੱਖ ਪੈਸੇ ਨਾ ਖਰਾਬ ਕਰ ਲਈਏ ਕਿ ਪੈਸਾ ਬੜਾ ਔਖਾ ਜੁੜਦਾ ਰਲਿਆ ਜੀ ਅਸੀਂ ਆਪ ਬਾਈ ਮਿਡਲ ਕਲਾਸ ਦੇ ਅਸੀਂ ਕਿੱਦਾਂ ਕਰੀਏ ਮਾੜਾ ਕੰਮ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਆ ਹੋਰ ਦੋ ਚਾਰ ਚੀਜ਼ਾਂ ਜਿਵੇਂ ਫੌਰ ਐਗਜ਼ਾਮਪਲ ਮੁੰਡੇ ਆਪਣੇ ਦबई ਚ ਬੜੇ ਬੈਠੇ ਨੇ ਜੀ ਅਰਬ ਚ ਬੜੇ ਆਪਣੇ ਮੁੰਡੇ ਟਰੱਕ ਡਰਾਈਵਰ ਨੇ ਉਹ ਕੈਨੇਡਾ ਨਿਕਲਣਾ ਚਾਹੁੰਦੇ ਆ ਅਸੀਂ ਬਹੁਤ ਲੋਕਾਂ ਨੂੰ ਮੂਵ ਕਰਾਇਆ ਅਰਬ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਹੂੰ ਇਵਨ ਦੋ ਸਾਡਾ ਕਿੰਨਾ ਬੱਚਾ ਇੰਗਲੈਂਡ ਦੇ ਵਿੱਚ ਭਾਰਤ ਏਜੰਟਾਂ ਨੇ ੱੱਕੀ ਨਾ ਭੇਜ-ਭੇਜ ਕੇ ਹੂੰ ਅੱਜ ਦੇ ਟਾਈਮ ਤੇ ਉੱਥੇ ਔਖੇ ਬੈਠੇ ਆ ਜੀ ਜੇ ਕੋਈ ਇੰਗਲੈਂਡ ਵਾਲਾ ਦੇਖਦਾ ਪਿਆ ਆਪਾਂ ਇਹ ਧਿਆਨ ਨਾ ਸੁਣਿਓ ਜੀ ਪੀਆਰ ਉੱਥੇ ਮਿਲਦੀ ਨਹੀਂ ਭਏ ਜਿਹਨਾਂ ਨੂੰ ਕੰਮ ਥੋੜਾ ਜਿਗਰ ਘਟਿਆ ਹੋਇਆ ਜੀ ਤੁਸੀਂ ਤਮੀ ਸਾਡੇ ਨਾਲ ਕੰਟੈਕਟ ਕਰ ਲਿਓ ਠੀਕ ਹੈ ਬਹੁਤ ਹਿੱਲੇ ਨੇ ਬਹੁਤ ਵੇਅ ਬਸ ਸਾਨੂੰ ਕਿਵੇਂ ਸਪਤਾ ਲੱਗਣਾ ਚਾਹੀਦਾ ਵੀ ਇਹ ਬੰਦੇ ਦੀ ਇਹ ਪ੍ਰੋਫਾਈਲ ਆ ਆਪਾਂ ਉਹ ਨਾਲ ਦੀ ਨਾਲ ਦੱਸ ਦਾਂਗੇ ਵੀ ਤੇਰੇ ਵਾਸਤੇ ਇਹ ਪਾਥਵੇ ਬੈਟਰ ਜੀ ਬਸ ਸਾਡੇ ਨਾਲ ਕੰਟੈਕਟ ਕਰੋ ਜਿਹੜੀ ਮੈਂ ਕਰਦਾ ਸਲਾਮ ਮਸ਼ਵਰਾ ਕਰੋ ਸਲਾਮ ਮਸ਼ਵਰਾ ਕਰੋ ਉਹ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ ਜੇ ਬਣਦਾ ਹੋਇਆ ਤਾਂ ਜਰੂਰ ਤੁਹਾਨੂੰ ਬਾਈ ਬਣਦਾ ਹੋਊਗਾ ਦੱਸ ਦੰਗ ਨਹੀਂ ਬਣਦਾ ਹੋਊਗਾ ਉਹ ਵੀ ਦੱਸਾਂਗੇ ਫਿਰ ਉਹਨੂੰ ਇਹ ਵੀ ਦੱਸੂਗਾ ਵੀ ਤੇਰਾ ਹੁਣ ਇਸ ਕਰਕੇ ਕਿ ਨਹੀਂ ਬਣਦਾ ਪਿਆ ਤੇ 6 ਮਹੀਨਿਆਂ ਬਾਅਦ ਆ ਚੀਜ਼ਾਂ ਕਰਕੇ ਆਪਣਾ ਵੀਜ਼ਾ ਲਵਾ ਲੈ ਆ ਵੀਜ਼ਾ ਠੀਕ ਹੈ ਵੀ ਨਿਰਾਸ਼ ਅਸੀਂ ਕਿਸੇ ਨੂੰ ਨਹੀਂ ਕਰਦੇ ਬਸ ਗੱਲ ਹੈ ਕਿ ਅਸੀਂ ਝੂਠ ਨਹੀਂ ਬੋਲਦੇ ਜੀ ਜੀ ਜਿਹੜੀ ਮੇਨ ਚੀਜ਼ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜਸਕੀਰ ਥੈਂਕ ਯੂ ਬਾਈ ਜੀ ਤਾਂ ਗੱਲਬਾਤ ਕੀਤੀ ਜਸਕੀਰ ਤਸੌਦ ਦੀ ਨਾਲ ਉਹਨਾਂ ਨੇ ਹਰ ਇੱਕ ਪੱਖ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਕੈਨੇਡਾ ਤੇ ਭਾਰਤ ਦੇ ਸਬੰਧਾਂ ਤੇ ਕੈਨੇਡਾ ਵਿੱਚ ਲਈ ਜ਼ਿੰਦਗੀ ਤੇ ਤੇ ਹੁਣ ਜਿਹੜੇ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਵਰਕ ਪਰਮਿਟ ਲੈ ਕੇ ਜਾ ਸਕਦੇ ਹੋ ਕਿਸ ਤਰੀਕੇ ਨਾਲ 4 ਬੈਂਡ ਵਾਲਾ ਉਹਨਾਂ ਨੇ ਮੈਂ ਉਹਨਾਂ ਕੋਲ ਹੀ ਸੁਣੀ ਹੈ ਜੀ ਗੱਲ ਵੀ 4 ਬੈਂਡ ਵਾਲਾ ਬੰਦਾ ਵੀ ਕੈਨੇਡਾ ਵਰਕ ਪਰਮਿਟ ਤੇ ਜਾ ਸਕਦਾ ਤਾਂ ਇਹ ਚੀਜ਼ਾਂ ਸਾਹਮਣੇ ਲੈ ਕੇ ਆਉਣੀ ਅਸਲੀ ਜ਼ਰੂਰੀ ਸੀ ਕਿਉਂਕਿ 네ਗੈਟਿਵਿਟੀ ਬਹੁਤ ਫੈਲੀ ਹੋਈ ਹੈ ਤੇ ਇਹ ਚੱਲ ਰਿਹਾ ਹੈ ਕਿ ਹੁਣ ਉੱਥੇ ਕੁਝ ਵੀ ਨਹੀਂ ਪਰ ਉਹੀ ਗੱਲ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਮਿਹਨਤ ਕਰੋਗੇ ਤਾਂ ਉੱਥੇ ਸਾਰਾ ਕੁਝ ਹੀ ਹੈ ਜੇ ਜਿਹਨੇ ਮਿਹਨਤ ਨਹੀਂ ਕਰਨੀ ਉਹਦੇ ਵਾਸਤੇ ਫਿਰ ਕਿਤੇ ਵੀ ਕੁਝ ਨਹੀਂ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਇੰਟਰਵਿਊ ਦੇ ਲਈ ਦੇਖ